ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਇਹ ਨਿੰਦਨੀ ਰਾਗ ਮਲਾਰ ਮਹੱਲਾ ਪੰਜਵਾਂ ਮਲਾਰ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ। ਪੜਤਾਲ ਸਿਰਲੇਖ ਹੇਠ ਅਜੋਕੇ ਚੱਲ ਰਹੇ ਜੋ ਸ਼ਬਦ ਨੇ ਪੜਤਾਲ ਸਿਰਲੇਖ ਦੇ ਹੇਠ ਸਤਿਗੁਰੂ ਪਾਤਸ਼ਾਹ ਨੇ ਦਰਜ ਕੀਤੇ ਨੇ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਆਓ ਗੁਰੂ ਸਵਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਓ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪੰਜਵਾਂ ਪ੍ਰਿਆ ਕੀ ਸੋਭ ਸੁਹਾਵਨੀ ਨਿੱਕੀ ਹਾਹਾ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨਿੱਕੀ ਪ੍ਰਿਆ ਕੀ ਸੋਭ ਸੁਹਾਵਣੀ ਨਿੱਕੀ ਹਾਹਾ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਣੀ ਨਿੱਕੀ ਰਹਾਉ ਧੁਨਿਤ ਲਲਿਤ ਗੁਣਗ ਅਨਿਕ ਭਾਤ ਬਹੁਵਿਧ ਰੂਪ ਦਿਖਾਵਣੀ ਨਿੱਕੀ ਗਿਰ ਤਰ ਜਲ ਥਲ ਗਿਰ ਤਰ ਥਲ ਜਲ ਭਵਨ ਭਰਪੂਰ ਘਟ ਘਟ ਲਾਲਨ ਛਾਵਨੀ ਨਿੱਕੀ ਸਾਧੂ ਸੰਗ ਰਾਮਈਆ ਰਸ ਪਾਇਓ ਨਾਨਕ ਜਾਂਕੈ ਭਾਵਨੀ ਨਿੱਕੀ ਗਿਰ ਤਰ ਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਛਾਵਨੀ ਨਿੱਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾਗੈ ਭਾਵਨੀ ਨਿੱਕੀ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦੇ ਰਹਾਉ ਵਾਲੇ ਬੰਦ ਨੇ ਪ੍ਰਿਆ ਕੀ ਸੋਭ ਸੁਹਾਵਣੀ ਨਿੱਕੀ ਹਾਹਾ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਣੀ ਨਿੱਕੀ। ਹਰ ਪੰਕਤੀ ਤੋਂ ਬਾਅਦ ਨਿੱਕੀ ਲਫਜ਼ ਇਸ ਪਾਵਨ ਪਵਿੱਤਰ ਸ਼ਬਦ 'ਚ ਆਇਆ ਹੈ। ਸੰਪੂਰਨ ਸ਼ਬਦ ਦੇ ਵਿੱਚ ਹਰ ਪੰਕਤੀ ਦੀ ਸੰਪੂਰਨਤਾ 'ਤੇ ਸਤਿਗੁਰੂ ਪਾਤਸ਼ਾਹ ਜੀ ਨੇ ਨਿੱਕੀ ਲਫਜ਼ ਲਿਖਿਆ ਹੈ। ਇਹਦਾ ਭਾਵ ਹੈ ਕਿ ਸੋਹਣੀ ਸੁੰਦਰ।
ਕਹਿੰਦੇ ਨੇ ਕਿ ਜਿਹੜੀ ਪਰਮਾਤਮਾ ਦੀ ਸ਼ੋਭਾ ਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ, ਉਹ ਸੁਹਾਵਣੀ ਹੈ, ਭਾਵ ਸੁਖਦਾਇਕ ਹੈ, ਅਤੇ ਨੀਕੀ ਤੋਂ ਭਾਵ ਸੋਹਣੀ ਹੈ। ਜੋ ਵਡਿਆਈ ਸੱਚੀ ਹੋਵੇ, ਉਸ ਵਡਿਆਈ ਨੂੰ ਕਰਕੇ ਮਨ ਨੂੰ ਸਕੂਨ ਮਿਲਦਾ। ਜਿਹੜੀ ਵਡਿਆਈ ਝੂਠੀ ਹੋਵੇ, ਉਸ ਝੂਠੀ ਖੁਸ਼ਾਮਦ ਨੂੰ ਕਰਕੇ ਬੰਦੇ ਦਾ ਮਨ ਦੁਖੀ ਹੁੰਦਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਦੀ ਝੂਠੀ ਬੁਰਿਆਈ ਕਰਕੇ ਬਾਅਦ ਵਿੱਚ ਮਨ ਦੁਖੀ ਹੁੰਦਾ, ਅਤੇ ਜੇ ਕੋਈ ਸੱਚਮੁੱਚ ਹੀ ਕਿਸੇ ਵਿੱਚ ਕੋਈ ਔਗਣ ਹੈ, ਐਬ ਹੈ, ਜਿਹਦੇ ਤੋਂ ਦੂਸਰਿਆਂ ਨੂੰ ਕੋਈ ਖਤਰਾ ਹੋ ਸਕਦਾ, ਉਹਦੇ ਬੋਲਣ ਵਿੱਚ ਜਾਂ ਉਹਦੇ ਕਹਿਣ ਦੇ ਵਿੱਚ ਕੋਈ ਪਛਤਾਵਾ ਨਹੀਂ ਹੁੰਦਾ। ਸਤਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡੇ ਨਾਮਣੇ ਵਾਲਾ ਆ ਅਤੇ ਬੜੀ ਵੱਡੀ ਵਡਿਆਈ ਵਾਲਾ। ਇਸ ਕਰਕੇ ਜੇ ਉਸ ਪਰਮਾਤਮਾ ਦੀ ਵਡਿਆਈ ਕਰਾਂਗੇ, ਸੋਹਣੇ ਪਰਮਾਤਮਾ ਦੀ ਸੋਹਣੀ ਵਡਿਆਈ ਕਰਾਂਗੇ, ਤਾਂ ਇਹ ਵਡਿਆਈ ਸੁਖਦਾਈ ਹੈ, ਭਾਵ ਸੁਖ ਦੇਣ ਵਾਲੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਆਸਾ ਦੀ ਪਾਵਨ ਪਵਿੱਤਰ ਵਾਰ ਦੇ ਵਿੱਚ ਪੌੜੀ ਬਖਸ਼ਿਸ਼ ਕਰਦੇ ਆ, ਉਹ ਕਹਿੰਦੇ ਨੇ ਕਿ ਸਤਿਗੁਰ ਵੱਡਾ ਕਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ ਆ। ਕਿਉਂ ਅਤੇ ਕਿਹੜੇ ਸਤਿਗੁਰੂ ਨੂੰ ਕਹਿੰਦੇ? ਜਿਸ ਸਤਿਗੁਰੂ ਦੇ ਵਿੱਚ ਵਾਕਿਆ ਹੀ ਵੱਡੀਆਂ ਵਡਿਆਈਆਂ ਨੇ, ਐਸੇ ਸਤਿਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ। ਕਹਿੰਦੇ ਨੇ ਕਿ ਸਹਿ ਮਿਲੇ ਤਾਂ ਨਦਰੀ ਆਈਆਂ। ਹਰ ਇੱਕ ਨੂੰ ਸਤਿਗੁਰੂ ਦੀਆਂ ਵੱਡੀਆਂ ਵਡਿਆਈਆਂ ਨਜ਼ਰ ਨਹੀਂ ਨਾ ਆਉਂਦੀਆਂ, ਤਾਂ ਸਤਿਗੁਰੂ ਨੇ ਇਸ ਸਵਾਲ ਦਾ ਵੀ ਜਵਾਬ ਦੇ ਦਿੱਤਾ ਅਗਲੀ ਪੰਕਤੀ ਦੇ ਵਿੱਚ, ਕਿ ਕਿਉਂ ਹਰ ਇੱਕ ਨੂੰ ਵਡਿਆਈਆਂ ਵੱਡੀਆਂ ਵਡਿਆਈਆਂ ਨਜ਼ਰ ਨਹੀਂ ਆਉਂਦੀਆਂ? ਕਿਉਂਕਿ ਇਹ ਉਹਨਾਂ ਨੂੰ ਨਜ਼ਰ ਆਉਂਦੀਆਂ ਜਿਨ੍ਹਾਂ ਨੂੰ ਸਹਿ ਭਾਵ ਪਰਮਾਤਮਾ ਸਤਿਗੁਰੂ ਦੇ ਨਾਲ ਮਿਲਾਵੇ। ਜਿਹਦੀ ਨੇੜਤਾ ਸਤਿਗੁਰੂ ਦੇ ਨਾਲ ਹੋਵੇ, ਉਹਨੂੰ ਸਤਿਗੁਰੂ ਦੀਆਂ ਵੱਡੀਆਂ ਵਡਿਆਈਆਂ ਨਜ਼ਰ ਆਉਂਦੀਆਂ। ਫਿਰ ਕਹਿੰਦੇ ਨੇ ਕਿ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਫਿਰ ਜੇ ਕਿਤੇ ਰੱਬ ਦੇ ਮਨ ਨੂੰ ਭਾ ਜਾਈਏ, ਤਾਂ ਇਹ ਵਡਿਆਈਆਂ ਸਾਡੇ ਮਨ ਵਿੱਚ ਵਸਦੀਆਂ ਨੇ। ਜਿਨ੍ਹਾਂ ਨੇ ਗੁਰੂ ਦੀਆਂ ਵਡਿਆਈਆਂ ਕੀਤੀਆਂ, ਉਹਨਾਂ ਦੇ ਮਨ ਵਿੱਚ ਵੀ ਗੁਰੂ ਦੀਆਂ ਵਡਿਆਈਆਂ ਵਸਦੀਆਂ। ਝੂਠੀ ਖੁਸ਼ਾਮਦ ਨਹੀਂ ਕਰਦੇ, ਉਹ ਸੱਚੀ ਵਡਿਆਈ ਕਰਦੇ ਆ। ਫਿਰ ਕਹਿੰਦੇ ਆ ਕਿ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਾਧੂ ਨੇ ਕੀ ਕੀਤਾ? ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਆਪ ਹੁਕਮ ਕਰਕੇ, ਕਰ ਹੁਕਮ ਮਸਤਕ ਹੱਥ ਧਰ, ਸਾਡੇ ਵਿੱਚ ਜੋ ਬੁਰਾਈਆਂ ਸਨ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਮੇਰੇ ਪਿਆਰੇ ਦੇ ਅੰਦਰੋਂ ਨਿਕਲ ਜਾਓ, ਅਤੇ ਸਾਡੇ ਸਿਰ ਉੱਤੇ ਹੱਥ ਰੱਖ ਦਿੱਤਾ।
ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨੌ ਨਿਧ ਪਾਈਆਂ। ਜਦੋਂ ਇੱਦਾਂ ਮਾਲਕ ਖਸਮ ਤਰੁੱਠਦਾ ਖੁਸ਼ ਹੁੰਦਾ ਤਾਂ ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਨਾਂ ਨੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ, ਭਾਵ ਨੌ ਨਿਧਾਂ ਦੇ ਖਜ਼ਾਨੇ ਉਹਨਾਂ ਦੀ ਝੋਲੀ 'ਚ ਪੈ ਗਏ। ਇਸ ਕਰਕੇ ਮੇਰੇ ਮਾਲਕ ਦੀ ਵਡਿਆਈ ਵੱਡੀ ਹੈ ਅਤੇ ਜਿਹੜਾ ਵੀ ਇਸ ਮਾਲਕ ਦੀ ਵਡਿਆਈ ਕਰਦਾ ਆ ਉਹ ਇਸ ਸੋਹਣੀ ਵਡਿਆਈ ਨੂੰ ਕਰਨ ਦੇ ਕਾਰਨ ਸੁਖਮਈ ਜੀਵਨ ਬਤੀਤ ਕਰਦਾ ਆ, ਜੀਵਨ 'ਚ ਸੁਖੀ ਹੋ ਜਾਂਦਾ। ਸਤਿਗੁਰੂ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿਚਾਰ ਵਿੱਚ ਬਖਸ਼ਿਸ਼ ਕਰ ਰਹੇ ਨੇ, ਗੁਰਦੇਵ ਕਿਰਪਾ ਕਰਦੇ ਨੇ। ਮੁਲਾਰ ਮਹੱਲਾ ਪੰਜਵਾਂ, ਪ੍ਰਹਿ ਕੀ ਸੋਭ ਸੁਹਾਵਣੀ ਨਿੱਕੀ। ਪ੍ਰਹਿ ਤੋਂ ਭਾਵ ਹੈ ਪਿਆਰੇ ਪਰਮਾਤਮਾ ਦੀ, ਪ੍ਰਹਿ ਕੀ ਸੋਭ ਸੁਹਾਵਣੀ ਸੁੱਖ ਦੇਣ ਵਾਲੀ, ਨਿੱਕੀ ਭਾਵ ਸੋਹਣੀ। ਸਾਧੂ ਕਹਿੰਦੇ ਨੇ ਕਿ ਮੇਰੇ ਮਾਲਕ ਦੀ, ਮੇਰੇ ਪਿਆਰੇ ਦੀ ਸੋਭਾ ਸੁਹਾਵਣੀ ਹੈ ਅਤੇ ਸੋਹਣੀ ਹੈ। ਅੱਗੇ ਉਦਾਹਰਨ ਦਿੰਦੇ ਆ ਕਿ ਕਿਹੋ ਜੀ, ਸਤਿਗੁਰੂ ਕਹਿੰਦੇ ਆ ਕਿ ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਣੀ ਨਿੱਕੀ। ਮੇਰੇ ਮਾਲਕ ਦੀ ਸੋਭਾ ਗਾਉਣੀ ਇੰਨੀ ਸੁੰਦਰ ਹੈ ਜਿਵੇਂ ਮੰਨ ਲਓ ਦੇਵਤਿਆਂ ਦੇ ਰਾਗੀ ਹਾ ਹਾ ਅਤੇ ਹੂ ਹੂ ਗੰਧਰਵ ਰਾਗੀ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ ਜਿਵੇਂ ਉਹ ਗਾਉਂਦੇ ਆ, ਇੱਦਾਂ ਜਿਹੜੇ ਮੇਰੇ ਪਰਮਾਤਮਾ ਦੇ, ਮੇਰੇ ਰੱਬ ਜੀ ਦੇ ਗੁਣ ਗਾਉਂਦੇ ਆ, ਮੇਰੇ ਰੱਬ ਜੀ ਦੀ ਵਡਿਆਈ ਕਰਦੇ ਆ, ਉਹ ਉਹਨਾਂ ਮੰਨ ਲਓ ਉਹਨਾਂ ਦੇਵਤਿਆਂ ਦੇ ਰਾਗੀਆਂ ਵਰਗੇ ਨੇ। ਇਸੇ ਕਰਕੇ ਗਾਉਣ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਹੈ ਕਿ ਗਾਉਣ ਦੇ ਨਾਲ ਪਰਮਾਤਮਾ ਪ੍ਰਸੰਨ ਹੋ ਜਾਂਦਾ, ਜਿਵੇਂ ਦੇਵਤੇ ਆਪਣੇ ਰਾਗੀਆਂ ਦੇ ਗਾਉਣ ਦੇ ਨਾਲ ਕੀਰਤੀ ਕਰਨ ਦੇ ਨਾਲ ਖੁਸ਼ ਹੋ ਜਾਂਦੇ ਨੇ। ਅਤੇ ਉਹਨਾਂ ਸ਼ੁਰੂਆਤੀ ਦੇਵਤਿਆਂ ਦੇ ਨਾਮ ਵੀ ਬਾਣੀ ਵਿੱਚ ਲਿਖੇ, ਪਿਛਲੇ ਦਿਨਾਂ ਦੀ ਵਿਚਾਰ ਵਿੱਚ ਵੀ ਇਹ ਲਫ਼ਜ਼ ਆਏ ਸਨ, ਹਾ ਹਾ ਹੂ ਹੂ ਦੇਵਤਿਆਂ ਦੇ ਰਾਗੀ। ਕਹਿੰਦੇ ਨੇ ਕਿ ਜਿੱਦਾਂ ਇੰਝ ਮੰਨ ਲਓ ਸਤਸੰਗਤ ਦੇ ਵਿੱਚ ਪਰਮਾਤਮਾ ਦੇ ਪਿਆਰੇ ਜਦੋਂ ਪਰਮਾਤਮਾ ਦੇ ਗੁਣ ਗਾਉਂਦੇ ਨੇ ਤਾਂ ਇਹ ਸਭਾ ਉਸ ਸਭਾ ਦੇ ਵਰਗੀ ਫਾਬਰੀ ਹੁੰਦੀ ਹੈ ਜਿਵੇਂ ਹਾ ਹਾ ਹੂ ਹੂ ਗੰਧਰਵ, ਜਿਵੇਂ ਹਾ ਹਾ ਹੂ ਹੂ ਦੇਵਤਿਆਂ ਦੇ ਗੰਧਰਵ ਰਾਗੀ ਗਾ ਰਹੇ ਹੋਣ। ਅਪਸਰਾ ਅਪਸਰਾ ਜਿਹੜੀਆਂ ਸਵਰਗਾਂ ਦੀਆਂ ਮੋਹਣੀਆਂ ਹੁੰਦੀਆਂ ਨੇ ਸੁੰਦਰੀਆਂ, ਉਹ ਵੀ ਨਾਲ ਮਿਲ ਕੇ ਆਨੰਦ ਮੰਗਲ ਦੇ ਗੀਤ ਗਾਉਂਦੀਆਂ ਨੇ। ਜਦੋਂ ਸਮੁੱਚੇ ਸਤਸੰਗੀ ਜਨ ਮਿਲ ਕੇ ਗੁਰੂ ਦੇ ਰੱਬ ਜੀ ਦੇ ਗੀਤ ਗਾਉਂਦੇ ਨੇ ਤਾਂ ਇਹ ਸਾਰਾ ਨਕਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਹਿੰਦੇ ਨੇ ਕਿ ਉਸ ਨਕਸ਼ੇ ਵਰਗਾ ਬਣ ਜਾਂਦਾ ਆ ਜਿੱਦਾਂ ਦੇਵਤਿਆਂ ਦੀ ਸਭਾ ਲੱਗੀ ਹੋਵੇ, ਜਿੱਥੇ ਰੱਬ ਹਾਜ਼ਰ ਨਾਜ਼ਰ ਪ੍ਰਤੱਖ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਵੇ ਅਤੇ ਰੱਬ ਦੇ ਪਿਆਰੇ ਰੱਬ ਦੇ ਗੁਣ ਗਾ ਰਹੇ ਹੋਣ, ਸੁਣ ਰਹੇ ਹੋਣ, ਤਾਂ ਇਹ ਸਭਾ ਦੇਵਤਿਆਂ ਦੀ ਸਭਾ ਤੋਂ ਘੱਟ ਨਹੀਂ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਣੀ ਨਿੱਕੀ।
ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਗਾਉਣੀ ਜਿਹੜੀ ਹੈ ਇਹ ਇੱਕ ਤਾਂ ਆਨੰਦ ਦੇਣ ਵਾਲੀ ਹੈ, ਦੂਸਰਾ ਰਸ ਦੇਣ ਵਾਲੀ ਹੈ, ਅਤੇ ਤੀਸਰਾ ਸੋਹਣੀ ਹੈ, ਸੁੰਦਰ ਹੈ, ਸੋਹਣੀ ਵਡਿਆਈ ਹੈ। ਸੋ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਤੁਨਿਤ ਲਲਿਤ ਗੁਣ ਗਾ ਅਨਕ ਭਾਤ। ਕਹਿੰਦੇ ਨੇ ਕਿ ਜਿਵੇਂ ਰਾਗੀ ਗਾਉਣ ਲੱਗਿਆਂ ਵੱਖਰੀਆਂ ਵੱਖਰੀਆਂ ਧੁਨਾਂ ਵਿੱਚ ਗਾਉਂਦੇ ਆ, ਹਾ ਹਾ ਹੂ ਹੂ ਆਦਿਕ ਧੁਨਿਤ ਤੋਂ ਭਾਵ ਹੈ ਧੁਨੀਆਂ ਸੁਰਾਂ, ਲਲਿਤ ਤੋਂ ਭਾਵ ਹੈ ਸੁੰਦਰ, ਗੁਣਗੈ ਤੋਂ ਭਾਵ ਹੈ ਗੁਣ, ਗੁਣਾਂ ਦੇ ਜਾਣਨ ਵਾਲੇ, ਅੱਗੇ ਬੈਠੇ ਵੀ ਸਰੋਤੇ ਹੋਣ ਜਿਹੜੇ ਸੁਣਨ ਵਾਲੇ ਨੇ ਉਹ ਵੀ ਉਸ ਰਾਗ ਨੂੰ ਸਮਝ ਰਹੇ ਹੋਣ। ਜਦੋਂ ਪੱਕੇ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਰਾਗੀ ਸਿੰਘ ਕੀਰਤਨ ਕਰਦੇ ਹਨ ਤਾਂ ਉਹਨਾਂ ਦੇ ਕੀਰਤਨ ਕਰਨ ਤੋਂ ਲਾਭ ਵੀ ਉਹੀ ਲੈ ਪਾਉਂਦੇ ਆ ਜਿਹੜੇ ਉਹਨਾਂ ਰਾਗਾਂ ਨੂੰ ਸਮਝਦੇ ਆ। ਬਹੁਤਿਆਂ ਵਾਸਤੇ ਉਹ ਰਾਗ ਉਹਨਾਂ ਦੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ, ਪਰ ਜਿਨ੍ਹਾਂ ਨੂੰ ਉਹਨਾਂ ਰਾਗਾਂ ਦੀ ਸਮਝ ਹੁੰਦੀ ਹੈ ਉਹਨਾਂ ਵਾਸਤੇ ਉਹਦੇ ਤੋਂ ਉੱਪਰ ਦਾ ਆਨੰਦ ਹੀ ਕੋਈ ਨਹੀਂ ਹੈਗਾ, ਕਿਉਂਕਿ ਇੱਕ ਪਦਾਰਥ ਬਹੁਤ ਵੱਡਾ ਉੱਚਾ ਸੁੱਚਾ ਗੁਰਬਾਣੀ ਰੂਪੀ, ਅਤੇ ਦੂਸਰਾ ਜਿਹੜੇ ਭਾਂਡੇ ਵਿੱਚ ਰਾਗ ਰੂਪ ਭਾਂਡੇ ਵਿੱਚ ਪਰੋਸਿਆ ਜਾ ਰਿਹਾ ਹੈ ਉਹ ਭਾਂਡਾ ਵੀ ਸੋਨੇ ਦਾ, ਭਾਵ ਬਹੁਤ ਸੁੰਦਰ, ਬੜਾ ਸਵੱਛ, ਬੜਾ ਪਵਿੱਤਰ। ਇਹ ਜਿਹੜੀ ਸਰੋਤ ਬਣੀ ਹੁੰਦੀ ਆ ਇਹ ਉਹੀ ਸਮਝ ਸਕਦੇ ਆ, ਕਿਉਂਕਿ ਦੂਸਰਿਆਂ ਤੋਂ ਇੰਜ ਲੱਗਣਾ ਹੈ ਕਿ ਪਤਾ ਨਹੀਂ ਰਾਗੀ ਸਿੰਘ ਕਿਉਂ ਇੰਨਾ ਖਪੀ ਜਾਂਦੇ ਆ, ਕਿਉਂ ਇੰਨਾ ਜ਼ੋਰ ਲਾਉਂਦੇ ਆ, ਕਿਉਂਕਿ ਰਾਗ ਗਾਉਣਾ ਹੈ ਤਾਂ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈਗੀ। ਇੱਕ ਤਾਂ ਰਾਗ ਵਾਸਤੇ ਗਲਾ ਚਾਹੀਦਾ, ਦੂਸਰਾ ਰਾਗ ਦਾ ਗਿਆਨ ਹੋਣਾ ਚਾਹੀਦਾ ਹੈ, ਅਤੇ ਤੀਸਰਾ ਰਾਗ ਵਿੱਚ ਗਾਇਆ ਕੀ ਜਾ ਰਿਹਾ ਆ ਇਹ ਬਹੁਤ ਵੱਡੇ ਮਾਇਨੇ ਰਖਾਉਂਦਾ। ਉਹਨਾਂ ਹੀ ਰਾਗਾਂ ਵਿੱਚ ਗੀਤ ਨਾਦ ਆਦਿ ਗਜ਼ਲਾਂ ਆਦਿ ਵੀ ਗਾਈਆਂ ਜਾਂਦੀਆਂ, ਉਹਨਾਂ ਹੀ ਰਾਗਾਂ ਦੇ ਵਿੱਚ ਗੁਰੂ ਕੀ ਬਾਣੀ ਵੀ ਗਾਈ ਜਾਂਦੀ ਹੈ। ਪਰ ਜਿਵੇਂ ਸੋਨੇ ਦੇ ਬਰਤਨ ਵਿੱਚ ਕੋਈ ਬਹੁਤ ਉੱਚੀ ਸੁੱਚੀ ਵਸਤੂ ਪਾ ਕੇ ਕੋਈ ਛਕਦਾ ਹੋਵੇ, ਗੁਰਬਾਣੀ ਦੇ ਨਾਲ ਜਦੋਂ ਰਾਗ ਦਾ ਸੁਮੇਲ ਕਰਕੇ ਸੋਹਣੀਆਂ ਧੁਨਾਂ ਲਾ ਕੇ ਸੁੰਦਰ ਲਲਿਤ ਭਾਵ, ਸੁੰਦਰ ਧੁਨਾਂ ਲਾ ਕੇ, ਪੱਕੀਆਂ ਧੁਨਾਂ ਲਾ ਕੇ ਜਦੋਂ ਕੋਈ ਬਾਣੀ ਨੂੰ ਗਾਉਂਦਾ ਹੈ, ਬਾਣੀ ਨੂੰ ਪੜ੍ਹਦਾ ਆ, ਅਤੇ ਗੁਣੀ ਜਨ ਜਿਹੜੇ ਗੁਣਾਂ ਨੂੰ ਜਾਣਨ ਵਾਲੇ ਆ ਉਹ ਫਿਰ ਉਹਦੇ ਤੋਂ ਲਾਹਾ ਪ੍ਰਾਪਤ ਕਰਦੇ ਆ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਧੁਨਿਤ ਲਲਿਤ ਗੁਣਗੈ ਅਨਕ ਭਾਂਤ। ਕਹਿੰਦੇ ਨੇ ਬੜੇ ਬੜੇ ਤਰੀਕਿਆਂ ਦੇ ਨਾਲ, ਇੱਕ ਰਾਗ ਵਿੱਚ ਨਹੀਂ, ਸਮੇਂ ਦੇ ਲਿਹਾਜ਼ ਦੇ ਨਾਲ ਰਾਗ ਵੀ ਬਦਲਦਾ, ਸਵੇਰ ਦਾ ਰਾਗ ਕੋਈ ਹੋਰ ਹੈ, ਦੁਪਹਿਰ ਦਾ ਹੋਰ ਹੈ, ਸ਼ਾਮ ਦਾ ਹੋਰ ਹੈ, ਫਿਰ ਜਿਵੇਂ ਬਸੰਤ ਰੁੱਤ ਚੱਲਦੀ ਹੈ ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਹੈ। ਇਸ ਤਰੀਕੇ ਦੇ ਨਾਲ ਕਈ ਤਰੀਕਿਆਂ ਨਾਲ ਰਾਗ ਗਾਉਣ ਵਾਲੇ ਜਿਹੜੇ ਇਸ ਤਰੀਕੇ ਦੇ ਰਾਗਾਂ ਦੇ ਅਨੁਸਾਰ ਬਾਣੀ ਨੂੰ ਗਾਉਂਦੇ ਆ, ਸਤਿਗੁਰੂ ਬਖਸ਼ਿਸ਼ ਕਰਦੇ ਨੇ ਧੁਨਿਤ ਲਲਿਤ ਗੁਣਗ
ਅਨਕ ਭਾਂਤ ਬਹੁਵਿਧ ਰੂਪ ਦਿਖਾਵਣੀ ਨਿੱਕੀ। ਕਹਿੰਦੇ ਨੇ ਕਿ ਫਿਰ ਐਸੇ ਜਿਹੜੇ ਗਾਉਣ ਵਾਲੇ ਆ ਨਾ, ਉਹ ਵੱਖਰਾ ਵੱਖਰਾ ਰੂਪ, ਨਾਟਕੀ ਰੂਪ ਤਿਆਰ ਕਰਕੇ ਵੀ ਪਰਮਾਤਮਾ ਨੂੰ ਗਾਉਂਦੇ ਆ। ਕਿਉਂਕਿ ਰਾਸਧਾਰੀਆਂ ਦੀ ਵੀ ਗੱਲ ਆਉਂਦੀ ਹੈ, ਰਾਸਾਂ ਪਾਉਂਦੇ ਆ। ਪਿਛਲੇ ਸਮੇਂ ਦੇ ਵਿੱਚ ਕਾਫੀ ਹੁਣ ਵੀ ਚੱਲਦਾ ਦੂਸਰੇ ਧਰਮਾਂ ਦੇ ਵਿੱਚ। ਤਾਂ ਜਿਹਦੀ ਗੱਲ ਕਰ ਰਹੇ ਹੋਣ, ਜੇ ਉਹ ਰਮਾਇਣ ਦਾ ਕਾਂਡ ਬਿਆਨ ਕਰ ਰਿਹਾ ਅਤੇ ਰਾਮ ਲਕਸ਼ਮਣ ਸੀਤਾ ਆਦਿ ਬਣ ਕੇ ਸਟੇਜ ਉੱਤੇ ਉਹੀ ਐਕਟ ਕਰਦੇ ਆ, ਭਾਵ ਉਹੀ ਰੋਲ ਕਰਦੇ ਆ, ਇਸ ਤਰ੍ਹਾਂ ਦੇ ਭੇਖ ਬਣਾ ਕੇ ਭਾਵ ਵੱਖਰੇ ਵੱਖਰੇ ਸੋਹਣੇ ਰੂਪ ਦਿਖਾ ਕੇ ਵੀ ਰੱਬ ਨੂੰ ਸਿਮਰਨ ਕਰ ਸਿਮਰ ਰਿਹਾ। ਕਈ ਇਸ ਤਰੀਕੇ ਨਾਲ ਵੀ ਯਾਦ ਕਰ ਰਹੇ ਆ। ਅਤੇ ਦਿਖਾਵਣੀ ਨਿੱਕੀ ਤੋਂ ਭਾਵ ਹੈ ਕਿ ਸੋਹਣੀ ਦਿੱਖ ਪ੍ਰਗਟ ਕਰ ਰਹੇ। ਜਿਵੇਂ ਰਾਗੀ ਸਿੰਘ ਹੈ ਜਾਂ ਕੁਈਸ਼ਰ ਢਾਡੀ ਕਥਾਵਾਚਕ ਹੈ, ਉਹਨਾਂ ਦਾ ਇੱਕ ਡਰੈਸ ਕੋਡ ਵੀ ਹੈ, ਭਾਵ ਉਹਨਾਂ ਦੀ ਇੱਕ ਵਰਦੀ ਵੀ ਹੈ। ਜੇ ਕੋਈ ਸਟੇਜ ਉੱਤੇ ਪ੍ਰਚਾਰ ਕਰਦਾ ਆ, ਜਿਹੋ ਜਿਹਾ ਉਹਦੇ ਕੋਲੋਂ ਪਰਮਾਤਮਾ ਨੇ ਉਹਨੂੰ ਗੁਣ ਬਖਸ਼ਿਆ, ਉਹੋ ਜਿਹਾ ਹੀ ਉਹਦਾ ਲਿਬਾਸ ਹੋਵੇਗਾ, ਉਹੋ ਜਿਹਾ ਉਹਦੇ ਕੋਲ ਸਾਜਬਾਜ ਹੋਵੇਗਾ। ਜੇ ਉਹਦਾ ਲਿਬਾਸ ਉਹਦੀ ਕਰਨੀ ਦੇ ਨਾਲ ਮੇਲ ਨਾ ਖਾਂਦਾ ਹੋਵੇ ਤਾਂ ਕਈ ਵਾਰ ਸਵਾਲ ਖੜ੍ਹੇ ਹੋ ਜਾਂਦੇ। ਕਿਉਂਕਿ ਜੇ ਸੋਹਣੇ ਦੀ ਸੋਹਣੀ ਸ਼ੋਭਾ ਕਰਨੀ ਹੈ ਤਾਂ ਸ਼ੋਭਾ ਕਰਨ ਵਾਲੇ ਵਰਗਾ ਲਿਬਾਸ ਵੀ ਚਾਹੀਦਾ, ਸਾਡਾ ਉਹੋ ਜਿਹਾ ਭੇਸ ਵੀ ਹੋਵੇ। ਜੋ ਲਿਬਾਸ ਸਾਡੇ ਧਰਮ ਨੇ ਤੈਅ ਕੀਤਾ ਆ, ਉਹ ਲਿਬਾਸ ਪਾ ਕੇ ਸੋਹਣੀ ਦਿਖਾਵਣੀ ਦਿਖਾਈਏ ਤਾਂ ਜੋ ਪਰਮਾਤਮਾ ਦੀ ਉਸਤੀ ਕਰ ਸਕੀਏ, ਉਹਦੀ ਸਿਫਤ ਸਲਾਹ ਕਰ ਸਕੀਏ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਬਹੁਵਿਧ ਰੂਪ ਦਿਖਾਵਣੀ ਨੀਕੀ। ਉਹ ਬੜੇ ਰੂਪ ਬਣਾ ਬਣਾ ਕੇ ਸੋਹਣੀ ਆਪਣੀ ਦਿੱਖ ਪ੍ਰਗਟ ਕਰਦੇ ਨੇ, ਕਿਉਂਕਿ ਸੋਹਣੇ ਪਰਮਾਤਮਾ ਦੀ ਉਸਤਤ ਕਰਨੀ ਹੈ, ਉਹਦੀ ਵਡਿਆਈ ਕਰਨੀ ਹੈ, ਤਾਂ ਉਹਦੀ ਵਡਿਆਈ ਕਰਨ ਵਾਸਤੇ ਉਹਦੀ ਵਡਿਆਈ ਕਰਨ ਦੇ ਕਾਬਲ ਵੀ ਹੋਣੇ ਚਾਹੀਦੇ ਹਨ, ਸਾਡਾ ਉਹ ਮਿਆਰ ਵੀ ਹੋਵੇ। ਕਈ ਵਾਰਾਂ ਕੋਈ ਬੰਦਾ ਗੱਲ ਕਰ ਰਿਹਾ ਹੋਵੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਤੇਰੇ ਮੂੰਹੋਂ ਨਹੀਂ ਇਹ ਗੱਲ ਫੱਬਦੀ। ਕਿਉਂ? ਕਿਉਂਕਿ ਜਿਹੜੀ ਉਹ ਗੱਲ ਕਰ ਰਿਹਾ ਹੁੰਦਾ ਆ, ਉਹ ਆਪ ਉਸ ਗੱਲ ਦੇ ਨੇੜੇ ਤੇੜੇ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਆ ਕਿ ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੇ ਆ, ਉਹ ਦਿਖਾਵਣੀ ਵੀ ਸੋਹਣੀ ਕਰਦੇ ਆ, ਭਾਵ ਕਿ ਉਹਨਾਂ ਦੀ ਦਿੱਖ ਤੋਂ ਵੀ ਪਤਾ ਲੱਗ ਜਾਂਦਾ ਆ ਕਿ ਪਰਮਾਤਮਾ ਦੀ ਉਸਤਤ ਕਰਨ ਵਾਲੇ ਨੇ, ਉਹਦੀ ਸ਼ੋਭਾ ਕਰਨ ਵਾਲੇ ਨੇ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਗਿਰ ਤਰ ਥਲ ਜਲ ਭਵਨ ਭਰਪੂਰ। ਉਹ ਪਰਮਾਤਮਾ ਕਿਉਂ ਨਾ ਵਡਿਆਇਆ ਜਾਵੇ? ਕਿਉਂਕਿ ਉਹ ਵਡਿਆਈ ਦੇ ਕਾਬਲ ਹੈ। ਉਹ ਗਿਰ ਭਾਵ ਪਹਾੜਾਂ ਵਿੱਚ ਵੀ ਵਸਿਆ ਹੋਇਆ ਹੈ, ਤਰ ਭਾਵ ਰੁੱਖਾਂ ਵਿੱਚ ਵੀ ਵਸਿਆ ਹੋਇਆ ਹੈ, ਥਲ ਭਾਵ ਖੁਸ਼ਕ ਥਾਵਾਂ ਉੱਤੇ ਵੀ ਵਸਿਆ ਹੋਇਆ ਹੈ, ਜਲ ਭਾਵ ਤਰਲ ਥਾਵਾਂ 'ਤੇ ਵੀ ਵਸਿਆ ਹੋਇਆ, ਸੁੰਦਰਾਂ ਸਾਗਰਾਂ ਦੇ ਵਿੱਚ ਵੀ ਵਸਿਆ ਹੋਇਆ। ਇਸ ਕਰਕੇ ਉਹਦੀ ਵਡਿਆਈ ਜਿਹੜੀ ਆ ਨਾ, ਉਹ ਕਰਨੀ ਸ਼ੋਭਾ ਪਾਉਂਦੀ ਹੈ, ਭਾਵ ਸੁਖਮਈ ਹੈ, ਕਿਉਂਕਿ ਉਹ ਵੱਡਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਲੋਕ ਨੇ ਅਸਾ ਰਾਗ ਦੇ ਵਿੱਚ ਹੀ ਸਤਿਗੁਰੂ ਕਹਿੰਦੇ ਆ ਕਿ ਉਹ ਕਿਉਂ ਵੱਡਾ ਆ, ਕਿਉਂ ਉਹਨੂੰ ਵੱਡਾ ਕਰਕੇ ਸਲਾਹਿਆ ਜਾਵੇ।
ਕਹਿੰਦੇ ਨੇ ਕਿ ਵੱਡੀ ਵਡਿਆਈ ਜਾਂ ਵੱਡਾ ਨਾਓ, ਉਹਦਾ ਨਾਮ ਨਾ ਬੜਾ ਵੱਡਾ ਹੈ, ਇਸ ਕਰਕੇ ਉਹਦੀ ਵਡਿਆਈ ਵੀ ਵੱਡੀ ਹੈ, ਤਾਂ ਕਰਕੇ ਉਹਨੂੰ ਸਲਾਹਣਾ ਚਾਹੀਦਾ। ਫਿਰ ਕਹਿੰਦੇ ਨੇ ਕਿ ਵੱਡੀ ਵਡਿਆਈ ਜਾਂ ਸੱਚ ਨਿਆਓ, ਉਹਦੀ ਵਡਿਆਈ ਤਾਂ ਵੱਡੀ ਹੈ ਤਾਂ ਉਹਨੂੰ ਵੱਡਾ ਕਰਕੇ ਸਲਾਹਣਾ ਚਾਹੀਦਾ ਆ, ਕਿਉਂਕਿ ਉਹ ਨਿਆਮ ਹੀ ਸੱਚਾ ਕਰਦਾ। ਜਿਹੋ ਜਿਹਾ ਉਹ ਆਪ ਸੱਚਾ ਹੈ, ਉਹੋ ਜਿਹਾ ਉਹਦਾ ਸੱਚਾ ਨਿਆਓ ਹੈ, ਉਹ ਝੂਠਾ ਨਿਆਓ ਨਹੀਂ ਕਰਦਾ। ਫਿਰ ਕਹਿੰਦੇ ਨੇ ਕਿ ਵੱਡੀ ਵਡਿਆਈ ਜਾਂ ਨਿਹਚਲ ਥਾਓ, ਸਾਰਾ ਜਗਤ ਚਲਾਇਮਾਨ ਹੈ, ਸਭ ਇੱਥੋਂ ਅੱਜ ਤੋਂ ਪਹਿਲਾਂ ਵੀ ਬੜੇ ਬੜੇ ਹੋਏ ਅਤੇ ਸੰਸਾਰ ਤੋਂ ਤੁਰ ਗਏ, ਪਰ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਦਿ ਸੱਚ ਭਾਵ ਸਾਰਿਆਂ ਦਾ ਮੁੱਢ ਹੈ, ਮੁੱਢ ਕਦੀਮ ਵਾਲਾ ਸੱਚ ਹੈ, ਉਹ ਕਦੇ ਕਿਤੇ ਨਹੀਂ ਜਾਂਦਾ, ਉਹ ਸਦਾ ਹੀ ਹਾਜ਼ਰ ਨਾਜ਼ਰ ਅਤੇ ਪ੍ਰਤੱਖ ਹੈ। ਅਤੇ ਉਹਦਾ ਥਾਓ ਕਿਹੜਾ ਆ? ਗੁਰੂ ਰੂਪ ਸਾਧ ਸੰਗਤ ਅਤੇ ਗੁਰਮੁਖਾਂ ਦਾ ਹਿਰਦਾ, ਇਹ ਵੀ ਸਦਾ ਹੀ ਨਿਹਚਲ ਨੇ, ਭਾਵ ਇਹ ਥਾਂ ਵੀ ਕਦੇ ਕਿਤੇ ਨਹੀਂ ਜਾਂਦੇ, ਇਹ ਥਾਂ ਵੀ ਸਦੀਵ ਕਾਲ ਵਾਲੇ ਨੇ, ਇਸ ਵਾਸਤੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਂ ਨਿਹਚਲ ਥਾਓ, ਜਿੱਥੇ ਉਹ ਵੱਸਦਾ ਹੈ ਨਾ ਉਹ ਥਾਂ ਵੀ ਨਿਹਚਲ ਹੈ। ਵੱਡੀ ਵਡਿਆਈ ਜਾਣ ਆਲਾਓ, ਉਹਦੀ ਵਡਿਆਈ ਕਿਉਂ ਵੱਡੀ ਹੈ, ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਉਹ ਜੀਵਾਂ ਦੇ ਆਲਾਪ ਨੂੰ ਸੁਣਦਾ ਆ, ਜੀਵਾਂ ਦੀ ਅਰਦਾਸ ਨੂੰ ਸੁਣਦਾ। ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਪਰ ਉਹਦੇ ਅੱਗੇ ਅਰਦਾਸਾਂ ਕਰਨ ਵਾਲੇ ਜੀਵ ਅਨੇਕ ਨੇ ਅਤੇ ਉਹ ਸਭ ਦੀ ਸੁਣਦਾ। ਇੰਨਾ ਵੱਡਾ ਕੋਈ ਨਹੀਂ ਹੈ, ਕੋਈ ਸਭਾ ਲਾ ਕੇ ਬੈਠ ਜਾਵੇਗਾ, ਸ਼ਿਕਾਇਤਾਂ ਸੁਣੇਗਾ, ਤਾਂ ਉਹਦੇ ਸ਼ਿਕਾਇਤਾਂ ਸੁਣਨ ਦਾ ਕੋਈ ਸਮਾਂ ਹੁੰਦਾ? ਖਾਸ ਕਰਕੇ ਸੁਣਦੇ ਉਦੋਂ ਆ ਜਦੋਂ ਕਦੇ ਜਾ ਕੇ ਉਹਨਾਂ ਦੀ ਰਾਜ ਗੱਦੀ ਨੂੰ, ਰਾਜ ਭਾਗ ਨੂੰ ਲੱਗਦਾ ਆ ਕਿ ਹੁਣ ਥੋੜ੍ਹਾ ਸਮਾਂ ਰਹਿ ਗਿਆ, ਉਦੋਂ ਫਿਰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਆ ਜਾਂਦੇ ਆ, ਫਿਰ ਕੋਈ ਦੀਆਂ ਸੁਣ ਲਈਆਂ, ਕੋਈ ਦੀਆਂ ਨਾ ਸੁਣੀਆਂ। ਪਰ ਇਹ ਮਾਲਕ ਤਾਂ ਵੱਡਾ ਆ ਅਤੇ ਇਹਦੀ ਵਡਿਆਈ ਤਾਂ ਵੱਡੀ ਹੈ, ਇਹਦੀ ਵਡਿਆਈ ਕੀਤੀ ਹੋਈ ਸੁੱਖ ਦੇਣ ਵਾਲੀ ਤਾਂ ਹੈ, ਕਿਉਂਕਿ ਇਹ ਸਾਰਿਆਂ ਦੀ ਅਰਦਾਸ ਸੁਣਦਾ ਆ ਅਤੇ ਹਰ ਵੇਲੇ ਸੁਣਦਾ, ਸਾਰਿਆਂ ਦਾ ਆਲਾਪ ਸੁਣਦਾ। ਵੱਡੀ ਵਡਿਆਈ ਜਾਣੈ ਆਲਾਓ, ਵੱਡੀ ਵਡਿਆਈ ਬੁੱਝੈ ਸਭ ਭਾਉ। ਵਡਿਆਈ ਤਾਂ ਵੱਡੀ ਹੈ ਮੇਰੇ ਮਾਲਕ ਦੀ, ਕਿਉਂਕਿ ਇਹ ਸਾਡੇ ਵਲਵਲੇ ਵੀ ਬੁੱਝਦਾ, ਸਾਡੇ ਮਨ ਦੇ ਫੁਰਨੇ। ਇੱਕ ਤਾਂ ਕਿਸੇ ਨੂੰ ਬੋਲ ਕੇ ਦੱਸ ਦਿੱਤਾ, ਹੋ ਸਕਦਾ ਬੋਲ ਕੇ ਦੱਸਿਆ ਤਾਂ ਸਾਡੇ ਮੁਸ਼ਕਲ ਦਾ ਨਿਵਾਰਨ ਕਰ ਦੇਵੇ, ਹੱਲ ਕਰ ਦੇਵੇ। ਅਤੇ ਜੇ ਆਪਾਂ ਕਿਸੇ ਨੂੰ ਬੋਲ ਕੇ ਨਾ ਦੱਸੀਏ, ਭਾਵੇਂ ਰੋਜ਼ ਜਾ ਕੇ ਉਹਦੇ ਕੋਲ ਘੰਟਿਆਂ ਬੱਧੀ ਬਹਿ ਕੇ ਆ ਜਾਈਏ, ਤੁਹਾਡੀ ਮੁਸ਼ਕਲ ਦਾ ਕੋਈ ਹੱਲ ਨਹੀਂ ਕਰ ਸਕਦਾ। ਪਰ ਮੇਰੇ ਮਾਲਕ ਦੀ ਵਡਿਆਈ ਤਾਂ ਵੱਡੀ ਹੈ, ਕਿਉਂ ਇੱਥੇ ਆ ਕੇ ਬੋਲ ਕੇ ਵੀ ਨਾ ਦੱਸੀਏ, ਸਾਡੇ ਮਨ ਵਿੱਚ ਜੋ ਵਲਵਲੇ ਨੇ, ਜੋ ਫੁਰਨੇ ਨੇ, ਜਿਹੜੇ ਸਾਡੀ ਜ਼ਬਾਨ ਤੋਂ ਅਜੇ ਬਾਹਰ ਨਹੀਂ ਨਿਕਲੇ,
ਉਹ ਵੀ ਬੁੱਝ ਲੈਂਦਾ। ਤਾਂ ਕਰਕੇ ਇਸ ਮਾਲਕ ਦੀ ਵਡਿਆਈ ਵੱਡੀ ਹੈ, ਤਾਂ ਕਰਕੇ ਉਹਨੂੰ ਵਡਿਆਉਣਾ ਚਾਹੀਦਾ। ਵੱਡੀ ਵਡਿਆਈ ਬੁੱਝੈ ਸਭ ਭਾਓ, ਫਿਰ ਕਹਿੰਦੇ ਆ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਕਿਉਂ ਉਹਨੂੰ ਵਡਿਆਉਣਾ ਚਾਹੀਦਾ, ਕਿਉਂ ਸਲਾਹਣਾ ਚਾਹੀਦਾ ਆ, ਕਿਉਂਕਿ ਉਹ ਤੈਨੂੰ ਜਿਹੜੀ ਦਾਤ ਦਿੰਦਾ ਆ ਕਿਸੇ ਦੀ ਸਲਾਹ ਲੈ ਕੇ ਨਹੀਂ ਦਿੰਦਾ, ਕਿਸੇ ਨੂੰ ਪੁੱਛ ਕੇ ਤੈਨੂੰ ਦਾਤ ਨਹੀਂ ਦਿੰਦਾ। ਕਿਉਂਕਿ ਜੇ ਕੋਈ ਕਿਸੇ ਨੂੰ ਕੋਈ ਚੀਜ਼ ਦੇਣ ਲੱਗਾ, ਸਲਾਹ ਲੈ ਲਵੇ ਕਿ ਮੈਂ ਫਲਾੜੇ ਨੂੰ ਆਹ ਚੀਜ਼ ਦੇਵਾਂ ਜਾਂ ਨਾ ਦੇਵਾਂ, ਤਾਂ ਅਗਲਾ ਬੰਦਾ ਕਹਿ ਦਿੰਦਾ ਆ ਕਿ ਕੀਮਤ ਇਹਨੇ ਵਾਪਸ ਦੇਣੀ ਆ ਕਿ ਨਹੀਂ, ਸਲਾਹ ਮਿਲ ਗਈ। ਜਾਂ ਫਿਰ ਕਹੂਗਾ ਹੁਣ ਵਜ਼ਿਆ ਆ, ਹੁਣ ਇੰਨੇ ਪਰਸੈਂਟ 'ਤੇ ਦੇ ਇਹਨੂੰ ਪੈਸੇ, ਜਾਂ ਕੋਈ ਵੀ ਲੋੜ ਪੂਰੀ ਕਰਨੀ ਆ, ਤਾਂ ਅਗਲਾ ਕਹੂਗਾ ਕਿ ਇਹਨੂੰ ਅਹਿਸਾਸ 'ਤੇ ਕਰਾ, ਇਹਨੂੰ ਚੇਤਾ ਰਹੇ ਹੁਣ ਰੱਬ ਸਾਨੂੰ ਕਿੰਨੀਆਂ ਦਾਤਾਂ ਦਿੰਦਾ। ਆਪਾਂ ਰਾਤ ਸੁਣਦੇ ਹਾਂ ਤਾਂ ਦਿਨ ਦੀ ਦਾਤ ਦਿੰਦਾ ਆ, ਅੰਮ੍ਰਿਤ ਵੇਲੇ ਦੀ ਦਾਤ ਦਿੰਦਾ ਆ, ਸਾਨੂੰ ਸਵਾਸਾਂ ਰੂਪੀ ਦਾਤ ਦਿੰਦਾ ਆ। ਅਸੀਂ ਉੱਠ ਪੈਂਦੇ ਹਾਂ, ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਘੱਟੋ ਘੱਟ ਉੱਠਦੇ ਸਾਰ ਮਾਲਕ ਦਾ ਇਸ ਗੱਲ ਤੋਂ ਹੀ ਧੰਨਵਾਦ ਕਰ ਲਈਏ ਕਿ ਮਾਲਕ ਲੱਖਾਂ ਲੋਕ ਹੋਣਗੇ ਜਿਹੜੇ ਇਸ ਨੀਂਦ ਤੋਂ ਬਾਅਦ ਉੱਠੇ ਨਹੀਂ ਹੋਣਗੇ, ਇਸ ਨੀਂਦ ਦੇ ਵਿੱਚ ਹੀ ਉਹਨਾਂ ਦਾ ਜੀਵਨ ਸਮਾਪਤ ਹੋ ਗਿਆ ਹੋਵੇਗਾ। ਲੱਖਾਂ ਲੋਕ ਹੋਣਗੇ ਜਿਹੜੇ ਇਸ ਰਾਤ ਦੇ ਦੌਰਾਨ ਐਕਸੀਡੈਂਟ ਜਾਂ ਬਿਮਾਰੀਆਂ ਨਾਲ ਤੁਰ ਗਏ ਹੋਣਗੇ। ਤੁਹਾਡਾ ਧੰਨਵਾਦ ਹੈ, ਸ਼ੁਕਰਾਨਾ ਹੈ ਕਿ ਤੁਸੀਂ ਸਾਨੂੰ ਅੱਜ ਦਾ ਦਿਨ ਫਿਰ ਦੇ ਦਿੱਤਾ, ਅਸੀਂ ਜਿੰਦਾ ਹਾਂ, ਸਾਡੇ ਸਾਹ ਚੱਲ ਰਹੇ ਨੇ। ਅਤੇ ਜੇ ਕਿਤੇ ਇਸ ਤਰੀਕੇ ਨਾਲ ਧੰਨਵਾਦ ਕਰਨਾ ਸਿੱਖ ਜਾਈਏ ਤਾਂ ਉਸ ਵੱਡੇ ਦੀ ਵਡਿਆਈ ਦਾ ਅਹਿਸਾਸ ਅੰਦਰ ਬੈਠ ਜਾਵੇਗਾ, ਕਿਉਂਕਿ ਉਹਨੇ ਤੈਨੂੰ ਕਿਸੇ ਨੂੰ ਪੁੱਛ ਕੇ ਨਹੀਂ ਆਖਿਆ ਕਿ ਇਹਨੂੰ ਅੱਜ ਮੈਂ ਉਠਾਵਾਂ ਜਾਂ ਨਾ ਉਠਾਵਾਂ, ਇਹਨੂੰ ਅੱਜ ਦਾ ਦਿਨ ਦੇ ਦੇਵਾਂ ਕਿ ਨਾ ਦੇਵਾਂ, ਕਿਸੇ ਦੀ ਸਲਾਹ ਥੋੜ੍ਹੀ ਲਈ ਉਹਨੇ। ਅਤੇ ਜੇ ਉਸ ਰੱਬ ਦੇ ਸਲਾਹਕਾਰ ਸਾਡੇ ਵਰਗੇ ਹੋਣ ਤਾਂ ਅੱਧੀ ਦੁਨੀਆ 'ਤੇ ਅਸੀਂ ਉੱਦਾਂ ਹੀ ਖਤਮ ਕਰ ਦਈਏ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ। ਕਹਿ ਦਿੰਦੇ ਹਾਂ ਨਾ, ਰੱਬ ਕਰੇ ਤੋਂ ਸੁੱਤਾ ਹੀ ਸੌਂ ਜਾਏ, ਇਹੋ ਜਿਹੇ ਬਥੇਰੇ ਆ ਜਿਹੜੇ ਕਹਿੰਦੇ ਰੱਬ ਕਰੇ ਤੋਂ ਨੀਂਦ 'ਚੋਂ ਉੱਠੇ ਹੀ ਨਾ। ਅਤੇ ਜੇ ਰੱਬ ਦੇ ਸਲਾਹਕਾਰ ਸਾਡੇ ਵਰਗੇ ਹੋਣ ਤਾਂ ਅੱਧੀ ਦੁਨੀਆ ਤਾਂ ਦਿਨ ਚੜ੍ਹਦੇ ਨੂੰ ਸਮਾਪਤ ਹੋਈ ਹੋਵੇ, ਕਿਉਂਕਿ ਸਾਡੇ ਵਰਗਾ ਇੱਕ ਥੋੜ੍ਹੀ ਆ। ਇੱਥੇ ਹਰ ਬੰਦਾ ਦੂਸਰੇ ਨਾਲ ਖਾਰ ਖਾਂਦਾ ਹੈ, ਕੋਈ ਨਾ ਕੋਈ ਦਿੱਕਤ ਕਿਸੇ ਨੂੰ ਕਿਸੇ ਨਾ ਕਿਸੇ ਕੋਲੋਂ ਹੈਗੀ ਆ। ਸੋ ਇਸ ਵਾਸਤੇ ਆਪਣੇ ਮੂੰਹ 'ਚੋਂ ਕਹਿ ਵੀ ਦਿੰਦਾ, ਪਰ ਰੱਬ ਬੜਾ ਬੇਅੰਤ ਹੈ। ਜਿਵੇਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸਨ ਨਾ ਲੋਕ ਕਿ ਕਾਵਾਂ ਦੇ ਆਖਿਆ ਟੱਗੇ ਨਹੀਂ ਮਰਦੇ, ਇਸੇ ਤਰ੍ਹਾਂ ਸਾਡੇ ਵਰਗੇ ਦੇ ਆਖਿਆ ਕੁਛ ਨਹੀਂ ਹੋਣਾ, ਇਹ ਸਾਡਾ ਭੁਲੇਖਾ ਹੀ ਹੈ, ਕਿਉਂਕਿ ਉਹ ਕਿਸੇ ਕੋਲ ਸਲਾਹ ਲੈ ਕੇ ਥੋੜ੍ਹੀ ਦੁਨੀਆ ਨੂੰ ਪਰਵਰਿਸ਼ ਕਰਦਾ, ਪਾਲਦਾ ਆ ਜਾਂ ਕੁਛ ਦਿੰਦਾ ਆ, ਇਸ ਕਰਕੇ ਉਹਦੀ ਵਡਿਆਈ ਵੱਡੀ ਆ। ਵੱਡੀ ਵਡਿਆਈ ਜਾਂ ਕੁਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ ਉਹਦੀ ਵਡਿਆਈ ਤਾਂ ਵੱਡੀ ਹੈ ਕਿਉਂਕਿ ਉਹ ਸਾਰੇ ਪਾਸੇ ਆਪੇ ਹੀ ਆਪ ਪਸਰਿਆ ਹੋਇਆ ਹੈ। ਫਿਰ ਕਹਿੰਦੇ ਨੇ ਕਿ ਨਾਨਕ ਕਾਰਨ ਕਥਨੀ ਜਾਏ, ਜਿੰਨੀ ਮਰਜ਼ੀ ਅਸੀਂ ਵਡਿਆਈ ਕਰ ਲਈਏ ਉਸ ਪਰਮਾਤਮਾ ਦੀ, ਫਿਰ ਵੀ ਜੋ ਉਹ ਕਾਰ ਕਰਦਾ ਹੈ ਨਾ ਉਹਦਾ ਕਥਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਗੁਰਬਾਣੀ ਦੇ ਅਨੁਸਾਰ ਹੀ ਅਸੀਂ ਵਿਚਾਰ ਕਰ ਪਾਉਂਦੇ ਹਾਂ ਨਾ, ਗੁਰੂ ਕੀ ਬਾਣੀ ਦੀ ਜਾਂ ਉਸ ਬ੍ਰਹਮ ਦੀ, ਪਰਮਾਤਮਾ ਦੀ, ਨਹੀਂ ਤਾਂ ਸਾਡੇ ਕੋਲ ਕੋਈ ਅਲਫਾਜ਼ ਜਾਂ ਅੱਖਰਾਂ ਦਾ ਭੰਡਾਰਾ ਨਹੀਂ ਹੈ ਜਿਹਦੇ ਨਾਲ ਅਸੀਂ ਉਸ ਪਰਮਾਤਮਾ ਦੀ ਉਸਤਤ ਜਾਂ ਉਹਦੀ ਵਡਿਆਈ ਕਰ ਸਕੀਏ।
ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸਲੋਕ ਹੈ ਜਿਹੜਾ ਆਪਾਂ ਸਰਵਣ ਕਰ ਰਹੇ ਹਾਂ ਨਾਲ, ਤਾਂ ਸਤਿਗੁਰੂ ਕਹਿੰਦਾ ਕਿ ਨਾਨਕ ਕਾਰਨ ਕਥਨੀ ਜਾਏ। ਇਹ ਨਾਨਕ ਜੀ ਉਸ ਪਰਮਾਤਮਾ ਦੀ ਕਰਨੀ ਨੂੰ ਕੋਈ ਕਥਨ ਨਹੀਂ ਕਰ ਸਕਦਾ ਕਿ ਉਹ ਰੱਬ ਕੀ ਕੁਝ ਕਰ ਸਕਦਾ। ਕੀਤਾ ਕਰਨਾ ਸਰਵ ਰਜਾਏ, ਉਹਨੇ ਜੋ ਕੁਛ ਵੀ ਕੀਤਾ ਅਤੇ ਜੋ ਕੁਛ ਉਹਨੇ ਕਰਨਾ ਉਹ ਸਾਰਾ ਉਹਦੀ ਰਜਾ ਉਹਦੀ ਮਰਜ਼ੀ ਹੈ, ਕਿਉਂਕਿ ਉਹ ਹੁਕਮ ਕਰਨ ਵਾਲਾ ਆ। ਸਾਨੂੰ ਸਾਰੇ ਜੀਵਾਂ ਨੂੰ ਉਹਦਾ ਹੁਕਮ ਮੰਨਣਾ ਪੈਂਦਾ ਆ, ਭਾਵੇਂ ਜਿਵੇਂ ਮਰਜ਼ੀ ਮੰਨੀਏ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਇਸ ਵਾਸਤੇ ਇਹ ਐਸੇ ਪਰਮਾਤਮਾ ਨੂੰ, ਐਸੇ ਵੱਡੇ ਪਰਮਾਤਮਾ ਨੂੰ ਸਲਾਹਣਾ ਚਾਹੀਦਾ ਆ, ਉਹਦੀ ਉਸਤਤ ਕਰਨੀ ਚਾਹੀਦੀ। ਅਤੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਹੈ ਨਾ ਕਿ ਗਿਰ, ਤਰ, ਥਲ, ਜਲ, ਭਵਨ, ਭਰਪੂਰ, ਹੇ ਮੇਰੇ ਮਾਲਕ ਤੂੰ ਪਹਾੜਾਂ ਵਿੱਚ ਵੀ ਹੈ, ਤੂੰ ਰੁੱਖਾਂ ਦੇ ਵਿੱਚ ਵੀ ਹੈ, ਤੂੰ ਖੁਸ਼ਕ ਥਲਾਂ ਦੇ ਵਿੱਚ ਵੀ ਹੈ, ਤੂੰ ਤਰਲ ਥਾਵਾਂ ਦੇ ਵਿੱਚ ਵੀ ਹੈ, ਤਿੰਨ ਭਵਨਾਂ ਦੇ ਵਿੱਚ ਤੂੰ ਭਰਪੂਰ ਹੈ, ਪੂਰਿਆ ਹੋਇਆ। ਇਹ ਜੋ ਜਿੰਨੇ ਗਿਣੇ ਗਏ ਨੇ ਇਹਨਾਂ ਵਿੱਚੋਂ ਕਿਸੇ ਵਿੱਚ ਵੀ ਤੂੰ ਘੱਟ ਨਹੀਂ ਹੈ। ਭਰਪੂਰ ਭਾਵ ਭਰਿਆ ਹੋਇਆ, ਪੂਰਿਆ ਹੋਇਆ। ਉਹਦਾ ਸਤਿਗੁਰੂ ਪਾਤਸ਼ਾਹ ਜੀ ਦਾ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਦੂਸਰੇ ਪਾਤਸ਼ਾਹ ਜੀ ਦਾ ਸਲੋਕ ਹੈ। ਉਹ ਕਹਿੰਦੇ ਨੇ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਵੇਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਹਨ ਕਿ ਤੂੰ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਹੈ, ਪਹਾੜਾਂ, ਰੁੱਖਾਂ, ਥਲਾਂ, ਜਲ ਦੇ ਵਿੱਚ, ਇਸੇ ਤਰ੍ਹਾਂ ਤਿੰਨਾਂ ਭਵਨਾਂ ਦੇ ਵਿੱਚ ਭਰਪੂਰ ਹੈ, ਭਰਿਆ ਹੋਇਆ, ਪੂਰਿਆ ਹੋਇਆ। ਤਾਂ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦੇ ਪਿਆਰਿਆਂ ਨੂੰ ਪਰਮਾਤਮਾ 'ਤੇ ਭਰੋਸਾ ਬਣ ਜਾਂਦਾ ਹੈ ਨਾ, ਵਿਸ਼ਵਾਸ ਬਣ ਜਾਂਦਾ, ਤਾਂ ਉਹਨਾਂ ਨੂੰ ਕੀ ਨਜ਼ਰ ਆਉਂਦਾ ਆ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਹੜੇ ਜੱਗ ਵਿੱਚ ਅਸੀਂ ਰਹਿ ਰਹੇ ਹਾਂ ਇਹ ਉਸ ਸੱਚੇ ਪਰਮਾਤਮਾ ਦੇ ਰਹਿਣ ਵਾਲੀ ਕੋਠੜੀ ਹੈ। ਜਿੱਦਾਂ ਸਾਡਾ ਕੋਠਾ ਹੁੰਦਾ ਨਾ, ਸਾਡਾ ਕਮਰਾ, ਸਾਡਾ ਮਕਾਨ, ਉਹਦੇ ਵਿੱਚ ਅਸੀਂ ਸਾਰੇ ਜੀਵ ਰਹਿੰਦੇ ਹਾਂ, ਸਾਰੇ ਜੀ ਪਰਿਵਾਰ ਦੇ ਮੈਂਬਰ। ਇਸੇ ਤਰ੍ਹਾਂ ਇਹ ਜੱਗ ਵੀ ਇੱਕ ਪਰਮਾਤਮਾ ਦਾ, ਰੱਬ ਦਾ ਕੋਠਾ ਆ, ਕੋਠੜੀ। ਅਤੇ ਉਹ ਇਸ ਜਗਤ ਰੂਪੀ ਕੋਠੜੀ ਦੇ ਵਿੱਚ ਵੱਸਦਾ ਆ, ਉਹਦਾ ਵਾਸਾ ਇਸ ਜਗਤ ਦੇ ਵਿੱਚ। ਫਿਰ ਕਹਿੰਦੇ ਨੇ ਕਿ ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਡਾਸ। ਕਈ ਵਾਰ ਪਰਿਵਾਰ ਦੇ ਵਿੱਚ ਸਾਰੇ ਜੀਆਂ ਦੇ ਨਾਲ ਇੱਕ ਦੂਜੇ ਦੇ ਨਾਲ ਬਣ ਆਉਂਦੀ ਹੈ ਅਤੇ ਕਈ ਵਾਰ ਕਿਸੇ ਨਾਲ ਨਹੀਂ ਵੀ ਬਣ ਆਉਂਦੀ। ਇਸੇ ਤਰ੍ਹਾਂ ਰੱਬ ਉਸੇ ਹੀ ਜਗਤ ਰੂਪੀ ਕੋਠੜੀ ਵਿੱਚ ਰਹਿ ਰਿਹਾ ਜਿੱਥੇ ਅਸੀਂ ਰਹਿ ਰਹੇ ਹਾਂ। ਇੱਕਨਾ ਨੂੰ ਉਹ ਹੁਕਮ ਮਨਾ ਕੇ ਆਪਣੇ ਆਪ ਦੇ ਵਿੱਚ ਸਮਾ ਲੈਂਦਾ ਆ ਅਤੇ ਉਹ ਉਸ ਰੱਬ ਨੂੰ ਇਸ ਜਗਤ ਰੂਪੀ ਕੋਠੜੀ ਵਿੱਚ ਵੱਸਦੇ ਹੋਏ ਨੂੰ ਮਹਿਸੂਸ ਕਰ ਲੈਂਦੇ ਆ। ਅਤੇ ਇੱਕ ਐਸੇ ਹੁੰਦੇ ਆ ਕਿ ਇੱਕ ਨਾ ਹੁਕਮੇ ਕਰੇ ਵਿਨਾਸ਼, ਵਿਨਾਸ਼ ਤੋਂ ਭਾਵ ਹੈ
ਕਿ ਇਸ ਜਗਤ ਦੇ ਵਿੱਚ ਉਹਨਾਂ ਦੀ ਸਮਾਈ ਨਾ ਹੋਣੀ ਜਾਂ ਖੁਆਰੀ ਪੱਲੇ ਪੈ ਜਾਣੀ। ਵਿਨਾਸ਼ ਤੋਂ ਭਾਵ ਵਿਨਾਸ਼ ਵੀ ਹੁੰਦਾ। ਇੱਕ ਉਹਨਾਂ ਨੂੰ ਆਪਣੇ ਆਪ ਵਿੱਚ ਲੀਨ ਕਰਕੇ ਉਹਨੇ ਆਪਣੇ ਵਰਗਾ ਬਣਾ ਲਿਆ ਅਤੇ ਇੱਕ ਉਹਨਾਂ ਨੂੰ ਆਪਣੇ ਚਰਨਾਂ ਤੋਂ ਵਿਛੋੜ ਦਿੱਤਾ। ਹੁਕਮ ਦੋ ਬੰਨੇ ਉਹਦਾ ਹੀ ਚੱਲਿਆ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨਾ ਨੂੰ ਉਹਨੂੰ ਚੰਗਾ ਲੱਗਾ ਅਤੇ ਉਹਨੇ ਮਾਇਆ ਦੇ ਗੇੜ ਵਿੱਚੋਂ ਕੱਢ ਲਿਆ ਅਤੇ ਇੱਕ ਨਾ ਨੂੰ ਉਹਨੂੰ ਇੱਦਾਂ ਪਾਇਆ ਕਿ ਮੈਂ ਇਹਨਾਂ ਨੂੰ ਮਾਇਆ ਦੇ ਵਿੱਚ ਹੀ ਰੱਖਾਂ, ਭਾਵ ਇਹ ਉਲਝੇ ਰਹਿਣ, ਮੇਰੇ ਤੱਕ ਪਹੁੰਚ ਹੀ ਨਾ ਸਕਣ। ਦੋਵੇਂ ਤਰ੍ਹਾਂ ਦੀ ਵਸੋਂ ਇੱਥੇ ਹੈ ਸੱਚੇ ਦੀ ਇਸ ਕੋਠੜੀ ਦੇ ਵਿੱਚ, ਇਸ ਜਗਤ ਦੇ ਵਿੱਚ। ਨਾ ਤਾਂ ਪਰਮਾਤਮਾ ਨਾਲ ਮਿਲਿਆ ਹੋਇਆਂ ਦੀ ਅਣਹੋਂਦ ਆ, ਮਿਲੇ ਹੋਏ ਵੀ ਨੇ, ਅਤੇ ਨਾ ਹੀ ਪਰਮਾਤਮਾ ਤੋਂ ਵਿਛੜ ਕੇ ਟੁੱਟ ਕੇ ਚੱਲਣ ਵਾਲਿਆਂ ਦੀ ਅਣਹੋਂਦ ਹੈ। ਉਹ ਵੀ ਬਹੁਤ ਨੇ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਆ, ਪਰਮਾਤਮਾ ਤੋਂ ਵਿਛੜੇ ਹੋਏ ਆ। ਤਾਂ ਕਹਿੰਦੇ ਨੇ ਕਿ ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਫਿਰ ਅੱਗੇ ਕਹਿੰਦੇ ਆ ਕਿ ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੈ ਰਾਸ। ਕਹਿੰਦੇ ਨੇ ਕਿ ਇਸ ਤਰ੍ਹਾਂ ਵੀ ਗੱਲ ਨਹੀਂ ਕਹੀ ਜਾ ਸਕਦੀ ਕਿ ਕੌਣ ਸਿੱਧੇ ਰਸਤੇ 'ਤੇ ਪਵੇਗਾ, ਕਿਹਨੂੰ ਇਹ ਜੀਵਨ ਰਾਸ ਆਵੇਗਾ ਅਤੇ ਕਿਹੜਾ ਇਸ ਰਸਤੇ 'ਤੇ ਚੱਲ ਹੀ ਨਹੀਂ ਪਾਵੇਗਾ। ਕਈ ਵਾਰਾਂ ਐਸਾ ਵੀ ਹੋ ਜਾਂਦਾ ਆ ਕਿ ਬੰਦਾ ਇੰਜ ਪ੍ਰਤੀਤ ਹੁੰਦਾ ਆ ਕਿ ਧਰਮ ਦੇ ਮਾਰਗ 'ਤੇ ਚੱਲ ਰਿਹਾ, ਪਰ ਜ਼ਰੂਰੀ ਨਹੀਂ ਕਿ ਉਹਦਾ ਬੇੜਾ ਪਾਰ ਹੋ ਜਾਵੇ। ਕਈ ਵਾਰ ਬੇੜਾ ਚੱਲਦਾ ਚੱਲਦਾ ਮੱਝ ਧਾਰ ਦੇ ਵਿੱਚ ਡੁੱਬ ਵੀ ਜਾਂਦਾ। ਜਿਵੇਂ ਕਿਸੇ ਸੂਫੀ ਫਕੀਰ ਨੂੰ ਕਿਸੇ ਵੇਸਵਾ ਨੇ ਇਹ ਸਵਾਲ ਕਰ ਦਿੱਤਾ ਸੀ ਕਿ ਤੇਰੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ। ਉਹ ਜਵਾਬ ਨਾ ਦੇ ਪਾਏ, ਜੀਵਨ ਬਤੀਤ ਹੋ ਗਿਆ, ਆਖਰੀ ਵੇਲਾ ਆ ਗਿਆ, ਆਖਰੀ ਸਮਾਂ। ਕੋਲ ਮਰੀਦ ਬੈਠੇ ਹੋਏ ਆ, ਉਹ ਦਰਵੇਸ਼ ਨੂੰ ਪੁੱਛਣ ਲੱਗੇ ਕਿ ਤੁਸੀਂ ਹੁਣ ਇਸ ਸੰਸਾਰ ਤੋਂ ਜਾ ਰਹੇ ਹੋ, ਕੁਝ ਕੀ ਸਵਾਸ ਤੁਹਾਡੇ ਪੱਲੇ ਨੇ? ਕੋਈ ਆਖਰੀ ਖੁਆਹਿਸ਼ ਹੋਵੇ, ਕੋਈ ਤਮੰਨਾ ਹੋਵੇ, ਕਿਸੇ ਨੂੰ ਮਿਲਣਾ ਹੋਵੇ ਤਾਂ ਦੱਸ ਦਿਓ, ਜਾਂ ਕੋਈ ਮਨ ਕਿਸੇ ਚੀਜ਼ ਨੂੰ ਚਾਹੁੰਦਾ ਹੋਵੇ, ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ? ਤਾਂ ਉਹ ਦਰਵੇਸ਼ ਕਹਿਣ ਲੱਗੇ ਕਿ ਜਾਓ ਫਲਾਣੀ ਫਲਾਣੀ ਵੇਸਵਾ ਨੂੰ ਸਾਡੇ ਕੋਲ ਲੈ ਕੇ ਆਓ। ਬੜੇ ਹੈਰਾਨ ਹੋਏ ਕਿ ਮਹਾਂਪੁਰਸ਼ਾਂ ਦੀ, ਦਰਵੇਸ਼ਾਂ ਦੀ ਸੁਰਤ ਅੰਤ ਵੇਲੇ ਕਿਹੜੇ ਪਾਸੇ ਚਲੀ ਗਈ। ਅਸੀਂ ਤਾਂ ਸੋਚਿਆ ਸੀ ਕਿ ਕਹਿਣਗੇ ਕਿ ਸਾਡੇ ਲਾਗੇ ਬਹਿ ਕੇ ਪਰਮਾਤਮਾ ਦਾ ਨਾਮ ਜਪੋ, ਜਾਂ ਜਿਵੇਂ ਧਰਮ ਦਾ ਵਿਸ਼ਵਾਸ ਹੁੰਦਾ ਆ ਜੇ ਇਸਲਾਮ ਨਾਲ ਸੰਬੰਧਿਤ ਹੈ ਤਾਂ ਆਬੇ ਹਯਾਤ ਮੁੱਖ ਵਿੱਚ ਪਾਇਆ ਜਾਂਦਾ, ਜੇ ਹਿੰਦੂ ਹੈ ਤਾਂ ਗੰਗਾ ਜਲ ਮੂੰਹ 'ਚ ਪਾਇਆ ਜਾਂਦਾ, ਜੇ ਸਿੱਖ ਹੈ ਤਾਂ ਬਾਣੀ ਪੜ੍ਹ ਕੇ ਜਲ ਦਾ ਪਾਣੀ ਦਾ ਚਮਚਾ ਮੂੰਹ 'ਚ ਪਾਇਆ ਜਾਂਦਾ, ਤਾਂ ਜੋ ਜਿਹੜੀ ਇਹਦੀ ਜਾਨ ਸੁਖਾਲੀ ਹੋ ਸਕੇ।
ਜਾਂ ਇਹ ਵੀ ਭਾਵਨਾ ਹੈ ਕਿ ਇਹ ਸਵਰਗ ਨੂੰ, ਬਹਿਸ਼ਤ ਨੂੰ, ਸੱਚਖੰਡ ਨੂੰ ਚਲਿਆ ਜਾਵੇ, ਪਰ ਇਹ ਇਹਨਾਂ ਦੀ ਸੁਰਤ ਕਿਹੜੇ ਪਾਸੇ ਚਲੀ? ਪਰ ਆਪਣੇ ਮੁਰਸ਼ਦ ਦੀ, ਦਰਵੇਸ਼ ਦੀ ਗੱਲ ਮੰਨੀ ਨਹੀਂ ਪਈ ਅਤੇ ਉਹਨੂੰ ਸੱਦ ਕੇ ਲਿਆਂਦਾ। ਆਪਣੀ ਪੂਰੀ ਤਾਕਤ ਇਕੱਠੀ ਕਰਕੇ ਉਸ ਨਰਤਕੀ ਨੂੰ, ਉਸ ਇਸਤਰੀ ਨੂੰ ਕਹਿਣ ਲੱਗੇ ਕਿ ਤੂੰ ਇੱਕ ਵਾਰ ਮੈਨੂੰ ਸਵਾਲ ਕੀਤਾ ਸੀ ਕਿ ਤੁਹਾਡੀ ਦਾੜ੍ਹੀ ਸੁੱਚੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ, ਤਾਂ ਅਸੀਂ ਅੱਜ ਤੈਨੂੰ ਜਵਾਬ ਉਹਦਾ ਦਿੰਦੇ ਹਾਂ ਕਿ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜ੍ਹੀ ਚੰਗੀ ਹੈ, ਦਾੜ੍ਹੀ ਸੁੱਚੀ। ਉਹ ਕਹਿੰਦੀ, ਬਾਬਾ ਇਹ ਜਵਾਬ ਤੂੰ ਮੈਨੂੰ ਉਦੋਂ ਦੇ ਦਿੰਦਾ, ਅੱਜ ਦੇ ਰਿਹਾ ਜਦੋਂ ਤੂੰ ਇਸ ਸੰਸਾਰ ਤੋਂ ਜਾ ਰਿਹਾ, ਹੋ ਸਕਦਾ ਮੇਰਾ ਵੀ ਕੋਈ ਉਧਾਰ ਹੋ ਜਾਂਦਾ। ਤਾਂ ਉਹ ਕਹਿਣ ਲੱਗੇ ਕਿ ਉਦੋਂ ਬੇੜਾ ਮੱਝ ਧਾਰ ਦੇ ਵਿੱਚ ਸੀ, ਮੈਂ ਦਾਅਵਾ ਕਰ ਦਿੰਦਾ ਕਿ ਮੇਰੀ ਦਾੜ੍ਹੀ ਸੁੱਚੀ ਹੈ, ਦਾੜ੍ਹੀ ਚੰਗੀ ਹੈ, ਮੇਰੇ ਕੋਲੋਂ ਕੋਈ ਐਸੀ ਗਲਤੀ, ਕੋਈ ਐਸੀ ਅਵਗਿਆ ਹੋ ਜਾਂਦੀ ਕਿ ਮੇਰਾ ਪਵਿੱਤਰ ਦਾੜਾ ਦਾਗਦਾਰ ਹੋ ਜਾਂਦਾ, ਚਿੱਟੇ ਦਾਮਨ ਦੇ ਉੱਤੇ, ਪੱਲੇ ਦੇ ਉੱਤੇ ਦਾਗ ਲੱਗ ਜਾਂਦਾ, ਅਤੇ ਮੈਂ ਤੈਨੂੰ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਹਿਣਾ। ਅੱਜ ਮੈਂ ਆਪਣਾ ਦਾਮਨ ਪਾਕ ਪਵਿੱਤਰ ਲੈ ਕੇ ਚੱਲਿਆ, ਸੁੱਚੀ ਦਾੜ੍ਹੀ ਲੈ ਕੇ ਚੱਲਿਆ, ਇਸ ਕਰਕੇ ਅੱਜ ਮੈਂ ਕਹਿ ਸਕਦਾ ਹਾਂ ਕਿ ਮੇਰਾ ਦਾੜ੍ਹਾ ਸੁੱਚਾ। ਸਤਿਗੁਰਾਂ ਨੇ ਬਾਣੀ ਵਿੱਚ ਵੀ ਲਿਖਿਆ, ਭਗਤ ਸਾਹਿਬਾਨ ਦੇ ਵੀ ਵਚਨ ਨੇ, ਅਜੇ ਸੋ ਨਾਵ ਸਮੁੰਦ ਮੈਂ ਕਿਆ ਜਾਣਾ ਕਿਆ ਹੋਏ। ਅਜੇ ਤਾਂ ਬੇੜੀ ਸਮੁੰਦਰ ਦੇ ਵਿੱਚ ਹੈ, ਨਾਵ ਤੋਂ ਭਾਵ ਹੈ ਬੇੜੀ, ਅਜੇ ਕੀ ਪਤਾ ਸਾਡੇ ਨਾਲ ਕੀ ਵਾਪਰਨਾ, ਇਹ ਕਿਸੇ ਨਾਲ ਵੀ ਵਾਪਰ ਸਕਦਾ। ਸੋ ਇਸ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਏਵ ਭੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਇਹ ਜੀਵਨ ਕਿਸੇ ਨੂੰ ਰਾਸ ਆ ਜਾਵੇਗਾ ਇਹ ਵੀ ਕਿਹਾ ਨਹੀਂ ਜਾ ਸਕਦਾ, ਕੋਈ ਦਾਅਵਾ ਨਹੀਂ ਕਰ ਸਕਦਾ। ਨਾਨਕ ਗੁਰਮੁਖ ਜਾਣੀ ਹੈ ਜਾਂ ਕਹੋ ਆਪ ਕਰੇ ਪ੍ਰਗਾਸ। ਇਹ ਨਾਨਕ ਜੀ, ਜੀਵਨ ਦੀ ਅਸਲ ਹਕੀਕਤ ਨੂੰ ਉਹੀ ਬੁੱਝ ਸਕਦੇ ਆ ਜਿਨ੍ਹਾਂ ਨੂੰ ਮਾਲਕ ਆਪ ਚਾਨਣ ਦੇਵੇ, ਜਿਨ੍ਹਾਂ ਦੇ ਜੀਵਨ 'ਚ ਮਾਲਕ ਆਪ ਪ੍ਰਕਾਸ਼ ਕਰੇ, ਵਰਨਾ ਤਮਾਮ ਜੀਵਨ ਭੁਲੇਖਿਆਂ ਵਿੱਚ ਹੀ ਲੰਘ ਜਾਂਦਾ। ਅਸੀਂ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠੇ ਹੁੰਦੇ ਹਾਂ, ਪਰ ਹੁੰਦੇ ਕੁਝ ਹੋਰ ਹਾਂ। ਕਈ ਵਾਰਾਂ ਸਾਡੇ ਔਗੁਣਾਂ ਦੇ ਪ੍ਰਤੀ ਸਾਨੂੰ ਵੀ ਪਤਾ ਨਹੀਂ ਹੁੰਦਾ ਕਿ ਜੋ ਸਾਡੇ ਵਿੱਚ ਨੇ ਇਹ ਗੁਣ ਨਹੀਂ, ਇਹ ਔਗੁਣ ਨੇ। ਅਸੀਂ ਔਗੁਣਾਂ ਨੂੰ ਹੀ ਗੁਣ ਸਮਝੀ ਬੈਠੇ ਹਾਂ, ਹੈ ਉਹ ਸਾਡਾ ਮਾੜਾ ਪੱਖ, ਅਸੀਂ ਉਹਨੂੰ ਚੰਗਾ ਮੰਨ ਕੇ ਚੱਲਦੇ ਹਾਂ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਉਸ ਮਾਲਕ ਦੀ ਸੋਭਾ ਉਸਤਤ ਕਰਨੀ ਬਣਦੀ ਹੈ ਜਿਹੜਾ ਗਿਰ ਤਰ ਥਲ ਜਲ ਭਵਨ ਭਰਪੂਰ, ਅੱਗੇ ਬਖਸ਼ਿਸ਼ ਕਰਦੇ ਨੇ, ਘੱਟ ਘੱਟ ਲਾਲਨ ਛਾਵਣੀ ਨਿੱਕੀ। ਛਾਵਣੀ ਤੋਂ ਭਾਵ ਹੈ ਛਾਉਣੀ ਜਾਂ ਡੇਰਾ, ਜਿੱਥੇ ਫੌਜ ਬੈਠੀ ਹੋਵੇ ਉਹਨੂੰ ਆਪਾਂ ਛਾਉਣੀ ਕਹਿੰਦੇ ਹਾਂ, ਜਿੱਥੇ ਨਿਹੰਗ ਸਿੰਘ ਬੈਠਦੇ ਆ ਉਹਨੂੰ ਵੀ ਛਾਉਣੀ ਕਿਹਾ ਜਾਂਦਾ। ਛਾਉਣੀ ਤੋਂ ਭਾਵ ਹੁੰਦਾ ਹੈ ਡੇਰਾ। ਕਹਿੰਦੇ ਨੇ ਕਿ ਮੇਰੇ ਮਾਲਕ ਦੀ ਛਾਉਣੀ ਘੱਟ ਘੱਟ ਦੇ ਵਿੱਚ ਹੈ, ਉਹਦੀ ਛਾਉਣੀ ਕਿਸੇ ਥੋੜ੍ਹੇ ਜਿਹੇ ਥਾਂ ਦੇ ਵਿੱਚ ਨਹੀਂ ਹੈ।
ਉਹ ਬਹੁਤ ਵੱਡੀ ਛਾਉਣੀ ਭਾਵ ਬੜੇ ਵੱਡੇ ਡੇਰੇ ਵਾਲਾ ਆ ਅਤੇ ਉਹਦੀ ਛਾਉਣੀ ਸੋਹਣੀ ਹੈ, ਨਿੱਕੀ ਹੈ, ਭਾਵ ਸੁੰਦਰ ਹੈ। ਕਿਉਂਕਿ ਪਹਿਲਾਂ ਹੀ ਬੇਨਤੀ ਕੀਤੀ ਕਿ ਇਸ ਪੂਰੇ ਸ਼ਬਦ ਦੇ ਵਿੱਚ ਹਰ ਪੰਕਤੀ ਤੋਂ ਬਾਅਦ ਨਿੱਕੀ ਲਫ਼ਜ਼ ਆਇਆ, ਨਿੱਕੀ ਤੋਂ ਭਾਵ ਹੁੰਦਾ ਸੁੰਦਰ, ਸੋਹਣੀ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਉਹਦੀ ਛਾਉਣੀ ਏਡੀ ਵੱਡੀ ਹੈ, ਗਿਰ ਤਰ ਥਲ ਜਲ ਭਵਨ ਭਰਪੁਰ ਘੱਟ ਘੱਟ ਲਾਲਣ ਛਾਵਣੀ ਨਿੱਕੀ। ਘੱਟ ਘੱਟ ਵਿੱਚ ਸੋਹਣੇ ਲਾਲਣ, ਲਾਲਣ ਤੋਂ ਭਾਵ ਹੈ ਸੋਹਣਾ ਪਰਮਾਤਮਾ, ਉਹਦੀ ਸੋਹਣੀ ਛਾਉਣੀ ਜਿਹੜੀ ਹੈ, ਉਹਦਾ ਸੋਹਣਾ ਡੇਰਾ, ਜਿਵੇਂ ਆਪਾਂ ਸਰਵਣ ਕਰ ਲਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਲੋਕ ਦੇ ਵਿੱਚ ਵੀ ਕਿ ਇਹ ਜੱਗ ਜਿਹੜਾ ਹੈ ਉਹ ਸੱਚੇ ਦੀ ਕੋਠੜੀ ਹੈ, ਉਹਦੇ ਰਹਿਣ ਵਾਸਤੇ ਜਿਹਦੇ ਵਿੱਚ ਉਹਦਾ ਵਾਸਾ ਆ। ਇਸ ਨਾਤੇ ਘੱਟ ਘੱਟ ਵਿੱਚ ਉਹ ਪਰਮਾਤਮਾ ਵੱਸ ਰਿਹਾ ਆ ਅਤੇ ਸਾਰਾ ਹੀ ਜਗਤ ਨਾਮ ਜਪਣ ਵਾਲਿਆਂ ਵਾਸਤੇ ਗੁਰਮੁਖਾਂ ਦੀਆਂ ਨਜ਼ਰਾਂ ਵਿੱਚ ਉਸ ਪਰਮਾਤਮਾ ਦਾ ਸੋਹਣਾ ਡੇਰਾ ਆ, ਸੋਹਣੀ ਛਾਉਣੀ ਹੈ। ਜਿੱਥੇ ਪਰਮਾਤਮਾ ਦੇ ਪਿਆਰਿਆਂ ਦੀ ਗੱਲ ਆ ਜਾਂਦੀ ਹੈ, ਉਹਨਾਂ ਨੂੰ ਸ੍ਰਿਸ਼ਟੀ ਦਾ ਹਰ ਕੋਨਾ ਸੁੰਦਰ ਲੱਗਦਾ, ਹਰ ਕੋਨਾ ਸੋਹਣਾ ਲੱਗਦਾ। ਜਿੱਥੇ ਸਾਡੀ ਗੱਲ ਆ ਜਾਂਦੀ ਹੈ, ਸਾਡੇ ਵਾਸਤੇ ਕੁਝ ਇਲਾਕੇ ਬਹੁਤ ਸੁੰਦਰ ਹੁੰਦੇ ਆ, ਜਿਨ੍ਹਾਂ ਨੂੰ ਵੇਖ ਕੇ ਸਾਡੇ ਮਨ ਨੂੰ ਪ੍ਰਸੰਨਤਾ ਮਿਲਦੀ ਹੈ। ਅਸੀਂ ਉਹਨਾਂ ਇਲਾਕਿਆਂ ਵਿੱਚ ਜਾ ਕੇ ਆਪਣੇ ਮਨ ਨੂੰ ਰੰਜਨ ਦਾ ਯਤਨ ਕਰਦੇ ਰਹਿੰਦੇ ਹਾਂ, ਭਾਵ ਪਰਚਾਉਣ ਦਾ ਯਤਨ ਕਰਦੇ ਰਹਿੰਦੇ ਹਾਂ ਕਿ ਸਾਡਾ ਮਨ ਇਹਨਾਂ ਇਹਨਾਂ ਥਾਵਾਂ 'ਤੇ ਜਾ ਕੇ ਬੜਾ ਖੁਸ਼ ਹੁੰਦਾ। ਪਰ ਜਿੱਥੇ ਰੱਬ ਦੇ ਪਿਆਰਿਆਂ ਦੀ ਗੱਲ ਆ ਜਾਂਦੀ ਹੈ, ਵੇਖੋ ਭਾਈ, ਉਹ ਤਾਂ ਕਿਸੇ ਵੀ ਕੋਨੇ 'ਚ ਬੈਠੇ ਹੋਣ, ਉਹਨਾਂ ਨੂੰ ਹਰ ਥਾਂ ਹੀ ਸੋਹਣਾ ਲੱਗਦਾ, ਉਹ ਹਰ ਥਾਂ ਦੇ ਉੱਤੇ ਆਨੰਦ ਮਾਣਦੇ ਆ। ਉਹ ਤਾਂ ਸੱਚੇ ਦੇ ਇਸ ਜਗਤ ਨੂੰ ਕਿਸੇ ਵੀ ਪੱਖ ਨੂੰ ਮਾੜਾ ਨਹੀਂ ਕਹਿੰਦੇ। ਅਤੇ ਕਈ ਵਾਰ ਅਸੀਂ ਕਿਤੇ ਬਾਹਰੋਂ ਘੁੰਮ ਫਿਰ ਆਈਏ, ਆਪਾਂ ਕਹਿ ਦਿੰਦੇ ਇੱਥੇ ਦੇ ਹਾਲ ਹੀ ਕੋਈ ਨਹੀਂ। ਅਸਲ ਦੇ ਵਿੱਚ ਸਾਡੇ ਮਨ ਦੀ ਅਵਸਥਾ ਹੁੰਦੀ ਹੈ। ਜੇ ਕਿਤੇ ਅਵਸਥਾ ਵਾਕਈ ਇਹ ਬਣ ਜਾਵੇ ਜਿਹੜੀ ਗੁਰੂ ਸਾਹਿਬ ਬਣਾ ਰਹੇ ਆ, ਤਾਂ ਫਿਰ ਤਾਂ ਜਿੱਥੇ ਵੀ ਹਾਂ ਸ਼ੁਕਰ ਵਿੱਚ ਹੋਵਾਂਗੇ, ਸ਼ੁਕਰਾਨੇ ਵਿੱਚ ਹੋਵਾਂਗੇ। ਕਿਉਂਕਿ ਸਾਨੂੰ ਇਸ ਗੱਲ ਦਾ ਵੀ ਪਤਾ ਹੋਵੇਗਾ ਕਿ ਜੇ ਅਸੀਂ ਇੱਥੇ ਰਹਿ ਰਹੇ ਹਾਂ ਤਾਂ ਵੀ ਉਹਦਾ ਹੁਕਮ ਹੈ। ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜੇ ਅਸੀਂ ਕਿਤੇ ਹੋਰ ਵੀ ਜਾ ਕੇ ਵੱਸਦੇ ਹਾਂ ਤਾਂ ਉਹ ਵੀ ਉਹਦਾ ਹੁਕਮ ਹੈ, ਉਹ ਵੀ ਹੁਕਮ ਤੋਂ ਬਾਹਰ ਨਹੀਂ। ਇੱਥੇ ਵੀ ਉਹਦਾ ਜਗਤ ਹੈ ਅਤੇ ਉੱਥੇ ਵੀ ਉਹਦਾ ਜਗਤ ਹੈ, ਭਾਵ ਜਿੱਥੇ ਵੀ ਅਸੀਂ ਜਾਵਾਂਗੇ ਉਸੇ ਦੇ ਹੀ ਡੇਰੇ ਵਿੱਚ ਜਾਵਾਂਗੇ, ਉਸੇ ਦੀ ਹੀ ਛਾਉਣੀ ਵਿੱਚ ਜਾਵਾਂਗੇ। ਉਹਦੇ ਡੇਰੇ ਤੋਂ, ਉਹਦੀ ਛਾਉਣੀ ਤੋਂ ਬਾਹਰ ਅਸੀਂ ਕਿਤੇ ਜਾ ਹੀ ਨਹੀਂ ਸਕਦੇ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਘੱਟ ਘੱਟ ਲਾਲਣ ਛਾਵਣੀ ਨਿੱਕੀ। ਘੱਟ ਘੱਟ ਵਸਿਆ ਹੋਇਆ ਹੈ ਲਾਲਣ ਸੋਹਣਾ ਪਰਮਾਤਮਾ, ਅਤੇ ਘੱਟ ਘੱਟ ਵਿੱਚ ਵਸੇ ਹੋਏ ਦੇ ਕਾਰਨ ਸਾਰਾ ਜਗਤ ਉਹਦੀ ਛਾਉਣੀ ਹੈ, ਉਹਦਾ ਡੇਰਾ ਹੈ। ਅਤੇ ਮਾੜੀ ਮੋਟੀ ਛਾਉਣੀ ਨਹੀਂ, ਬਹੁਤ ਸੋਹਣੀ ਛਾਉਣੀ ਹੈ, ਬਹੁਤ ਸੋਹਣਾ ਡੇਰਾ ਹੈ ਉਸ ਪਰਮਾਤਮਾ ਦਾ। ਸੋ ਸ਼ੁਕਰਾਨਾ ਕਰੀਏ ਉਸ ਮਾਲਕ ਦਾ ਕਿ ਜਿਹਨੇ ਆਪਣੇ ਡੇਰੇ ਵਿੱਚ ਸਾਨੂੰ ਜਨਮ ਦੇ ਕੇ ਇੱਥੇ ਲੈ ਕੇ ਆਉਂਦਾ। ਇਸ ਜੀਵਨ ਨੂੰ ਇਸ ਤਰੀਕੇ ਨਾਲ ਜੀ ਕੇ ਜਾਈਏ ਕਿ ਇੰਜ ਨਾ ਹੋਵੇ ਕਿ ਸਾਡਾ ਤਾਂ ਜੀਵਨ ਹੀ ਬੜਾ ਬੇਕਾਰ ਹੈ। ਜੇ ਅਸੀਂ ਆਪਣੇ ਜੀਵਨ ਤੋਂ ਉਕਤਾ ਗਏ ਹਾਂ ਨਾ, ਔਖੇ ਹੋ ਗਏ ਹਾਂ, ਇਹਦਾ ਮਤਲਬ ਕਿ ਅਸੀਂ ਇੱਥੇ ਵੱਸਦੇ ਹੋਏ ਰੱਬ ਨੂੰ ਮਹਿਸੂਸ ਹੀ ਨਹੀਂ ਕਰ ਪਾਏ। ਇਹ ਤਾਂ ਰੱਬ ਨੇ ਚੰਗੇ ਭਾਗ ਕੀਤੇ, ਸਾਨੂੰ ਇਸ ਧਰਤੀ 'ਤੇ ਜਨਮ ਦਿੱਤਾ ਤਾਂ ਜੋ ਅਸੀਂ ਨਾਮ ਜਪ ਕੇ ਉਹਦੇ 'ਚ ਅਭੇਦ ਹੋ ਸਕੀਏ।
ਅਤੇ ਉਹਨੇ ਮਾੜੇ ਮੋੜ ਥਾਂ 'ਤੇ ਜਨਮ ਨਹੀਂ ਦਿੱਤਾ, ਆਪਣੇ ਸੋਹਣੇ ਡੇਰੇ ਵਿੱਚ ਆਪਣੀ ਸੋਹਣੀ ਛਾਉਣੀ ਵਿੱਚ ਜਨਮ ਦਿੱਤਾ, ਜਿੱਥੇ ਉਹ ਖੁਦ ਆਪ ਵੀ ਵਸ ਰਿਹਾ ਹੈ। ਸੋ ਅਖੀਰ ਬਖਸ਼ਿਸ਼ ਕਰਦੇ ਨੇ, ਸਾਧ ਸੰਗ ਰਾਮਈਆ ਰਸ ਪਾਇਓ। ਹੁਣ ਕੀ ਕਰੀਏ? ਸਤਿਗੁਰੂ ਕਹਿੰਦੇ ਆ ਕਿ ਇਸ ਰਸ ਨੂੰ ਕੋਈ ਹਰ ਇੱਕ ਪਾ ਵੀ ਨਹੀਂ ਸਕਦਾ, ਕਿਉਂਕਿ ਜਿੰਨੇ ਵੀ ਪਾਇਆ ਹੈ ਨਾ ਸਾਧ ਸੰਗਤ ਵਿੱਚੋਂ ਇਸ ਰਾਮਈਆ, ਰਾਮਈਆ ਤੋਂ ਭਾਵ ਹੈ ਰਮੇ ਹੋਏ ਪਰਮਾਤਮਾ। ਸਾਧ ਸੰਗ ਰਾਮਈਆ ਰਸ ਪਾਇਓ, ਇਸ ਜਗਤ ਵਿੱਚ ਵੱਸਦੇ ਹੋਏ ਪਰਮਾਤਮਾ ਦੇ ਮਿਲਾਪ ਦੇ ਰਸ ਨੂੰ ਉਹੀ ਮਾਣ ਪਾਇਆ ਜਿਹਨੇ ਸਾਧ ਸੰਗਤ ਕੀਤੀ ਹੈ। ਜਿਹੜਾ ਸਤਸੰਗ ਦੇ ਨਾਲ ਸੰਬੰਧ ਜੋੜ ਗਿਆ, ਸਮਝ ਲਓ ਕਿ ਉਹਨੂੰ ਵੱਸਦਾ ਹੋਇਆ ਪਰਮਾਤਮਾ, ਜਿਵੇਂ ਅੱਜ ਦੀ ਵਿਚਾਰ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਅੰਦਰ ਇਹ ਗੱਲ ਪੱਕੀ ਕਰ ਰਹੇ ਆ ਕਿ ਰੱਬ ਤੁਹਾਡੇ ਤੋਂ ਵੱਖਰਾ ਨਹੀਂ, ਅਤੇ ਰੱਬ ਬਹੁਤ ਸੁੰਦਰ ਹੈ, ਰੱਬ ਬਹੁਤ ਵੱਡਾ ਆ, ਉਹਦੀ ਵਡਿਆਈ ਬੜੀ ਵੱਡੀ ਹੈ, ਉਹਦਾ ਹਰ ਇੱਕ ਪੱਖ ਸੋਹਣਾ, ਕਿਉਂਕਿ ਹਰ ਪੰਕਤੀ ਤੋਂ ਬਾਅਦ ਨਿੱਕੀ ਲਫ਼ਜ਼ ਆਇਆ ਸੁੰਦਰ ਸੋਹਣਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਇਸ ਰਸ ਨੂੰ ਜੇ ਮੰਨਣਾ ਹੈ ਨਾ, ਜੇ ਇਸ ਗੱਲ ਦੇ ਉੱਤੇ ਚਾਹੁੰਦੇ ਹਾਂ ਕਿ ਸਾਡਾ ਮਨ ਜਿਹੜਾ ਉਹ ਭਰੋਸਾ ਬਣ ਜਾਵੇ, ਤਾਂ ਸਤਿਗੁਰੂ ਕਹਿੰਦੇ ਆ ਕਿ ਸਾਧ ਸੰਗ ਰਾਮਈਆ ਰਸ ਪਾਇਓ, ਨਾਨਕ ਜਾਂ ਕੈ ਭਾਵਣੀ ਨਿੱਕੀ। ਕਹਿੰਦੇ ਨੇ ਕਿ ਨਾਨਕ ਜੀ, ਜੇ ਸੋਹਣੇ ਪਰਮਾਤਮਾ ਦੇ ਸਾਰੇ ਪਥਰੇ ਹੋਏ ਸੋਹਣੇ ਪਸਾਰੇ ਦੇ ਨਾਲ ਸੰਬੰਧ ਬਣਾਉਣਾ ਆ, ਜੇ ਸੋਹਣੇ ਪਰਮਾਤਮਾ ਦੇ ਨਾਲ ਨਾਤਾ ਜੋੜਨਾ ਆ, ਤਾਂ ਤੇਰੇ ਅੰਦਰ ਭਾਵਨਾ ਵੀ ਨਿੱਕੀ ਭਾਵ ਸੋਹਣੀ ਹੋਣੀ ਚਾਹੀਦੀ। ਜੇ ਤੂੰ ਚਾਹੁੰਦਾ ਆ ਨਾ ਕਿ ਤੇਰਾ ਰੱਬ ਦੇ ਨਾਲ ਮਿਲਾਪ ਹੋ ਜਾਵੇ, ਅਤੇ ਤੇਰੀ ਭਾਵਨਾ ਨਾ ਚੰਗੀ ਹੋਵੇ, ਤਾਂ ਫਿਰ ਤੇਰਾ ਮਿਲਾਪ ਕਿਵੇਂ ਹੋਵੇਗਾ? ਇਸ ਕਰਕੇ ਤੇਰੇ ਅੰਦਰ ਸ਼ਰਧਾ ਭਾਵਨਾ ਵੀ ਸੋਹਣੀ ਹੋਣੀ ਚਾਹੀਦੀ ਹੈ ਰੱਬ ਦੇ ਪ੍ਰਤੀ, ਰੱਬ ਦੇ ਪ੍ਰਥਾਏ। ਤੇਰੇ ਮਨ ਦੇ ਵਿੱਚ ਦੁਵੈਸ਼ ਨਹੀਂ ਹੋਣੀ ਚਾਹੀਦੀ, ਤੇਰੇ ਮਨ ਦੇ ਵਿੱਚ ਈਰਖਾ ਨਹੀਂ ਹੋਣੀ ਚਾਹੀਦੀ, ਤੇਰੇ ਮਨ ਦੇ ਵਿੱਚ ਤੇਰ ਮੇਰ ਨਹੀਂ ਹੋਣੀ ਚਾਹੀਦੀ, ਤੇਰੇ ਮਨ ਦੇ ਵਿੱਚ ਕੋਈ ਊਚ ਨੀਚ ਨਹੀਂ ਹੋਣੀ ਚਾਹੀਦੀ, ਤੇਰੇ ਮਨ ਦੇ ਵਿੱਚ ਜਾਤ ਪਾਤ ਕੋਈ ਵਰਣ ਵੰਡ ਨਹੀਂ ਹੋਣੀ ਚਾਹੀਦੀ। ਤੂੰ ਰੱਬ ਦੀ ਦਿੱਤੀ ਹੋਈ, ਗੁਰੂ ਦੀ ਦਿੱਤੀ ਹੋਈ ਸੋਚ ਦੇ ਅਨੁਸਾਰ ਚੱਲ ਕੇ ਹੀ ਉਸ ਪਰਮਾਤਮਾ ਦੇ ਆਨੰਦ ਨੂੰ ਪ੍ਰਾਪਤ ਕਰ ਸਕਦਾ ਹਾਂ। ਇਹਨੂੰ ਕਹਿੰਦੇ ਆ ਸੋਹਣੀ ਸ਼ਰਧਾ, ਸੋਹਣੀ ਭਾਵਨਾ, ਜਿਹੜੀ ਰੱਬ ਨੂੰ ਚੰਗੀ ਲੱਗਦੀ ਹੈ, ਸੁੰਦਰ ਭਾਵਨਾ। ਇਸ ਕਰਕੇ ਸਤਿਗੁਰੂ ਕਹਿੰਦੇ ਆ ਇਹਦੇ ਵਿੱਚ ਤਾਂ ਕੋਈ ਸੰਦੇਹ ਨਹੀਂ ਕਿ ਰੱਬ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਹੈ, ਅਤੇ ਉਹਦੀ ਜਿਹੜੀ ਸ਼ੋਭਾ ਆ ਉਹ ਜੇ ਕਰਾਂਗੇ ਤਾਂ ਸੁੱਖ ਦੇਣ ਵਾਲੀ ਹੈ। ਜਿਤਨੇ ਵੀ ਪਰਮਾਤਮਾ ਦੇ ਭਗਤਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ ਗੁਰਬਾਣੀ, ਉਹਨਾਂ ਦੇ ਨਾਲ ਨਾਲ, ਤਾਂ ਕਿਸੇ ਵੀ ਭਗਤ ਦੇ ਜੀਵਨ ਦੇ ਵਿੱਚੋਂ ਸਾਨੂੰ ਇਹ ਨਹੀਂ ਮਿਲਦਾ ਕਿ ਉਹ ਅੰਤ ਵੇਲੇ ਬਹੁਤ ਦੁਖੀ ਗਿਆ ਇਸ ਸੰਸਾਰ ਦੇ ਵਿੱਚੋਂ। ਜੇ ਇੱਕ ਵੀ ਭਗਤ ਸਾਹਿਬਾਨ ਦੇ ਜੀਵਨ ਵਿੱਚੋਂ ਮਿਲਦਾ ਹੋਵੇ ਤਾਂ ਉਦਾਹਰਣ ਕੱਢ ਕੇ ਸਾਹਮਣੇ ਜ਼ਰੂਰ ਰੱਖਿਓ, ਕਿਉਂਕਿ ਜਦੋਂ ਇਸ ਮਾਰਗ 'ਤੇ ਚੱਲੇ ਉਦੋਂ ਤਾਂ ਬਹੁਤ ਦਿੱਕਤਾਂ ਆਈਆਂ, ਪਰ ਜਦੋਂ ਰੱਬ ਨੇ ਪਰਮਾਤਮਾ ਨੇ ਉਹਨਾਂ ਨੂੰ ਗੱਲ ਨਾ ਲਾ ਲਿਆ, ਆਪਣੇ ਬਣਾ ਲਿਆ, ਉਦੋਂ ਸਾਰੀਆਂ ਦੁਸ਼ਵਾਰੀਆਂ ਖਤਮ ਹੋ ਗਈਆਂ, ਸਾਰੀਆਂ ਦਿੱਕਤਾਂ ਜਿਹੜੀਆਂ ਉਹ ਸਮਾਪਤ ਹੋ ਗਈਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਸੋਹਣੇ ਰੱਬ ਦੇ ਨਾਲ ਜੇ ਸੰਬੰਧ ਬਣਾਉਣਾ ਆ, ਜੇ ਸੋਹਣੇ ਰੱਬ ਦੀ ਵਡਿਆਈ ਕਰਨੀ ਹੈ, ਤਾਂ ਚਾਹੁੰਦਾ ਆ ਕਿ ਮੈਂ ਸੁਖੀ ਹੋ ਜਾਵਾਂ ਇਸ ਵਡਿਆਈ ਨੂੰ ਕਰਕੇ,
ਤਾਂ ਤੇਰੀ ਭਾਵਨਾ ਵੀ ਸੋਹਣੀ ਹੋਣੀ ਚਾਹੀਦੀ ਹੈ, ਤੇਰੀ ਸ਼ਰਧਾ ਵੀ ਸੋਹਣੀ ਹੋਣੀ ਚਾਹੀਦੀ ਹੈ। ਇਹ ਅੱਜ ਦੇ ਪਾਵਨ ਪਵਿੱਤਰ ਸ਼ਬਦੀ ਵਿਚਾਰ ਜੋ ਸਤਿਗੁਰੂ ਪਾਤਸ਼ਾਹੀ ਨੇ ਬਖਸ਼ਿਸ਼ ਕੀਤੀ ਹੈ। ਆਓ ਗੁਰੂ ਸਵਾਰਿਓ, ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਗਿਰ ਤਰ ਥਲ ਜਲ ਭਵਨ ਭਰਪੁਰ ਘੱਟ ਘੱਟ ਲਾਲਨ ਸ਼ਾਵਣੀ ਨਿੱਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾਂ ਕੈ ਭਾਵਣੀ ਨਿੱਕੀ। ਸੋ ਅੱਜ ਤੋਂ ਹੀ ਇਹ ਯਤਨ ਸ਼ੁਰੂ ਕਰ ਦਈਏ ਕਿ ਸਾਡੇ ਅੰਦਰ ਗੁਰੂ ਪ੍ਰਤੀ ਰੱਬ ਪ੍ਰਤੀ ਸੋਹਣੀ ਭਾਵਨਾ ਬਣ ਜਾਵੇ। ਸੋਹਣੀ ਭਾਵਨਾ ਤੋਂ ਬਾਅਦ ਭਾਵ ਕਿ ਅਸੀਂ ਗੁਰੂ ਦਾ ਦਿਲੋਂ ਮਨੋਂ ਸਤਿਕਾਰ ਕਰੀਏ, ਗੁਰੂ ਨੂੰ ਸ਼ਰਧਾ ਅਰਪਣ ਕਰਨੀ ਆ ਤਾਂ ਪੂਰੇ ਪਿਆਰ ਦੇ ਨਾਲ ਟਿੱਕ ਕੇ ਸਤਿਗੁਰੂ ਪਾਤਸ਼ਾਹੀ ਦੀ ਗੱਲ ਨੂੰ ਸੁਣੀਏ ਵੀ ਅਤੇ ਮੰਨੀਏ ਵੀ। ਜੇ ਸੁਣ ਕੇ ਮੰਨ ਕੇ ਜੀਵਨ ਜੀਵਾਂਗੇ ਤਾਂ ਇਹ ਅਵਸਥਾ ਸਾਡੀ ਵੀ ਬਣ ਜਾਵੇਗੀ ਕਿ ਅਸੀਂ ਉਸ ਰੱਬ ਦੇ ਮਿਲਾਪ ਨੂੰ, ਉਹਦੇ ਨਾਮ ਦੇ ਰਸ ਨੂੰ ਮਾਣ ਪਾਵਾਂਗੇ। ਸੋ ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ।